श्री नानक अंगद गुरु अमरदास पद बंद रामदास अर्जन गुरु बाल श्री हर गोबिंद हरि राय हर कृष्ण गुरु तेग बहादुर चंद दशम गोबिंद सिंह गुरु नम चरण अरविंद जिसमें है अमृत ज्ञान है मानक भगत वैराग श्री गुरु ग्रंथ साहिब उद्द बंदों कर अनुराग श्री गुरु शब्द कमाए चरणन पर एकंकारा सतगुरु तेह प्रसाद सच वाहे गुरु जी की फतेह विघ्न विनाशन एकंकारा सतगुरु तेह प्रसाद सच सत संगत हजूरी दे अंदर जुड़ मिल बैठी गुरु प्यारी खालसा सात संगत जी सतगुरु श्री गुरु तेग बहादुर साहब महाराज जी की अपार बख्शिश कृपालता का सदका सतगुरां दे पवित्र तप अस्थान गुरुद्वारा श्री भोरा साहब जी की यात्रा करन दा महाराज दे अस्थान दर्शन दिदारे अते सेवावां करन दा पन सुभाग समा प्राप्त हो रहा है। महाराज दे पवित्र दरबारां च अमृत वेले तों दीवान सजे ने रब्बी बाणी इलाही बाणी दे जाप चल रहे हन। पिछले पैर दे समय दे अंदर गुरु इतिहास दी कथा विचार दा समा होया है। आओ धन धन श्री गुरु हरि साहिब महाराज जी का जो पवित्र इतिहास आपां सरवण कर रहे हाँ लड़ीवार कथा दे अंदर वो सरवण करिए पिछले समय जिथों तिकर साखी सुनी है कि राम राय जिन्हों गुरु हरि साहिब जी ने त्याग दिता छेक दिता गुरु नानक देव साहिब जी की एक तोक दा एक पदा अलटाउण करके पहला दा मन च कोई असर ना होया कि चलो मेरे को सारा कुछ ही है भी जे मैं कीरतपुर नहीं जाऊँगा तो मेरा की घट चलिया है।
कुछ दिनों बाद फिर मन जिहड़ा है ना कठोरता खत्म हुई ते गुरु हरि साहिब जी दी वडपण नूं जाणिया वी वड्डे तां गुरु हरि साहिब ही ने, गद्दी दे मालक तां उही हन। वी भावें मेरे को कई पदार्थ ने, पदार्थ की काम है, अमाया अनौकर चाकर, ਇਹ ਕਿਸ ਕੰਮ ਦੇ, ਗੁਰੂ ਸਾਹਿਬ ਹੀ ਨਹੀਂ ਖੁਸ਼ ਤਾਂ। ਇਹ ਭਾਵਨਾ ਰੱਖ ਕੇ ਹੁਣ ਕੀਰਤਪੁਰ ਸਾਹਿਬ ਆਉਣਾ ਚਾਹੁੰਦਾ ਦਿੱਲੀ ਤੋਂ। ਔਰੰਗਜ਼ੇਬ ਨੂੰ ਕਿਹਾ ਵੀ ਮੈਨੂੰ ਵਿਦਿਆ ਕਰੋ, ਰੁਖਸਤ ਕਰੋ ਵੀ ਮੈਂ ਜਾਣਾ ਚਾਹੁੰਦਾ। ਉਹ ਕਹਿੰਦਾ ਵੀ ਤੁਹਾਡੇ ਦਰਸ਼ਨ ਕਰਕੇ ਮੈਨੂੰ ਖੁਸ਼ੀ ਮਿਲਦੀ ਆ, ਮੈਂ ਜਾਣ ਨਹੀਂ ਦੇਣਾ। 5-6 ਦਿਨ ਬਾਬਾ ਰਾਮ ਰਾਏ ਜੀ ਪੁੱਛਦੇ ਰਹੇ, ਉਹਨੇ ਹਾਂ ਨਾ ਕੀਤੀ। ਕਹਿੰਦਾ ਨਹੀਂ, ਤੁਸੀਂ ਇੱਥੇ ਹੀ ਰਹੋ, ਕਿੱਥੇ ਜਾਣਾ ਹੈ। ਇੱਕ ਦਿਨ ਸ਼ਿਕਾਰ ਖੇਡਣ ਗਏ ਅਤੇ ਰਾਮ ਰਾਏ ਜੀ ਨੂੰ ਗੁੱਸਾ ਆ ਗਿਆ। ਫਿਰ ਇਹਨੂੰ ਕਿਨੀਰਾਂ ਕਹਿ ਦਿੱਤਾ, ਬੰਦਿਆਂ ਵਾਂਗ ਇਹ ਕੋਈ ਸੁਣਦਾ ਨਹੀਂ ਹੈ। ਔਰੰਗਜ਼ੇਬ ਬਾਦਸ਼ਾਹ ਮੇਰੀ ਗੱਲ ਕਰਾਮਾਤ ਦੇ ਨਾਲ ਬਹੁਤ ਬੱਦਲ ਇੱਕਦਮ ਲੈ ਆਉਂਦੇ, ਕਾਲੀਆਂ ਘਟਾਵਾਂ ਆਕਾਸ਼ ਵਿੱਚ ਆ ਗਈਆਂ, ਤੇਜ਼ ਹਵਾਵਾਂ ਵਗਣ ਲੱਗ ਪਈਆਂ, ਨੇਰ ਝੱਖੜ ਮਿੱਟੀ ਧੂਲ ਬਹੁਤ ਉੱਡੀ, ਜਿਹਨੂੰ ਵੇਖ ਵੇਖ ਕੇ ਡਰ ਲੱਗਦਾ ਹੈ, ਐਸਾ ਖਤਰਨਾਕ ਜਿਹਾ ਭਿਆਨਕ ਜਿਹਾ ਦ੍ਰਿਸ਼ ਬਣ ਗਿਆ। ਅਤੇ ਫਿਰ ਇੱਕਦਮ ਵਰਖਾ ਸ਼ੁਰੂ ਹੋਈ, ਬਹੁਤ ਮੋਟੇ ਮੋਟੇ ਗੜੇ ਪੈਣ ਲੱਗ ਪਏ ਸਰੀਰਾਂ 'ਤੇ, ਜਦੋਂ ਵੱਜੇ ਤਾਂ ਬਹੁਤ ਫਿਰ ਦੁੱਖ ਹੋਇਆ। ਔਰੰਗਜ਼ੇਬ ਬਾਦਸ਼ਾਹ ਸਭ ਤੋਂ ਜ਼ਿਆਦਾ ਦੁਖੀ ਹੋਇਆ, ਕਿਉਂਕਿ ਇਹ ਬੜੀਆਂ ਸੁੱਖ ਸਹੂਲਤਾਂ 'ਚ ਰਹਿਣ ਵਾਲਾ ਸੀ, ਗੜਿਆਂ ਦੀ ਮਾਰ ਬੁਰੀ ਪੈ ਰਹੀ ਹੈ, ਸੰਗੀ ਸਾਥੀ ਸਿਪਾਹੀ ਫੌਜ ਸਭ ਇੱਧਰ ਉੱਧਰ ਆਪੋ ਆਪਣਾ ਬਚਾਅ ਕਰਨ ਲਈ ਨੱਸ ਗਏ। ਔਰੰਗਜ਼ੇਬ ਬਾਦਸ਼ਾਹ ਥਾਂ ਲੱਭਦਾ ਰਿਹਾ, ਕੋਈ ਕਿਤੇ ਢੋਈ ਨਾ ਮਿਲੀ। ਅਖੀਰ ਜਿੱਥੇ ਰਾਮ ਰਾਏ ਜੀ ਖਲੋਤੇ ਉੱਥੇ ਆਇਆ। ਕੀ ਵੇਖ ਲੈ ਵੀ ਬਾਕੀ ਸਭ ਥਾਵਾਂ 'ਤੇ ਤਾਂ ਹਨੇਰ ਵੀ ਵਗ ਰਿਹਾ, ਮੀਂਹ ਵੀ ਪੈ ਰਿਹਾ, ਗੜੇ ਵੀ ਪੈ ਰਹੇ ਨੇ, ਪਰ ਜਿੱਥੇ ਗੁਰੂ ਹਰਿ ਸਾਹਿਬ ਦੇ ਪੁੱਤਰ ਬਾਬਾ ਰਾਮ ਰਾਏ ਜੀ ਖਲੋਤੇ ਆ, ਇੱਥੇ ਨਾ ਕੋਈ ਹਨੇਰ, ਨਾ ਮੀਂਹ, ਨਾ ਗੜੇ। ਉਹਨਾਂ ਲਾਗੇ ਜਦੋਂ ਆ ਕੇ ਖਲੋਤਾ ਦੇ ਮਨ 'ਚ ਫਿਰ ਆਇਆ ਵੀ ਜਿਹੜਾ ਮੈਂ ਇਹਨਾਂ ਨੂੰ ਜਾਣ ਤੋਂ ਮਨ੍ਹਾ ਕਰ ਰਿਹਾ ਹਾਂ ਨਾ ਕੀਰਤਪੁਰ ਸਾਹਿਬ। ਇਸ ਕਰਕੇ ਰਾਮ ਰਾਏ ਜੀ ਨਾਰਾਜ਼ ਹੋ ਗਏ ਨੇ, ਹੱਥ ਜੋੜ ਕੇ ਕਹਿੰਦਾ ਬਾਬਾ ਜੀ ਜਿਵੇਂ ਤੁਹਾਡੀ ਇੱਛਾ, ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਹਾਡੀ ਇੱਛਾ ਹੈ, ਜੇ ਰਹਿਣਾ ਚਾਹੁੰਦੇ ਤਾਂ ਵੀ ਤੁਹਾਡੀ ਮਰਜ਼ੀ ਹੈ, ਬਸ ਇੰਨਾ ਹੀ ਹੈ ਵੀ ਮੈਂ ਦਰਸ਼ਨ ਕਰਨ ਦੀ ਲਾਲਸਾ ਰੱਖਦਾ, ਜੇ ਗਏ ਤਾਂ ਛੇਤੀ ਵਾਪਸ ਆ ਜਿਓ। ਰਾਮ ਰਾਏ ਜੀ ਮੁਸਕਰਾ ਕੇ ਕਹਿਣ ਲੱਗੇ ਵੀ ਹੁਣ ਵੀ ਤਾਂ ਮੰਨਿਆ ਹੀ ਹੈ ਨਾ, ਤੈਨੂੰ ਬੰਦਿਆਂ ਦੀ ਤਰ੍ਹਾਂ ਪਹਿਲਾਂ ਹੀ ਕਿਹਾ ਸੀ ਵੀ ਸਾਨੂੰ ਰੁਖਸਤ ਕਰਦੇ, ਵਿਦਿਆ ਕਰਦੇ। ਕਹਿੰਦੇ ਕਿਹੜੀ ਫੌਜ ਦਾ ਤੂੰ ਮਾਣ ਕਰਦਾ ਹੈ ਨਾ, ਵੀ ਮੇਰੀ ਫੌਜ ਬਹੁਤ ਹੈ, ਧਨ ਅਤੇ ਬਲ ਦਾ ਤੇਰੇ ਅੰਦਰ ਹੰਕਾਰ ਆ, ਕਿੱਥੇ ਆ ਫੌਜ ਤੇਰੀ, ਸਾਰੇ ਹੀ ਛੱਡ ਕੇ ਭੱਜ ਗਏ, ਥੋੜ੍ਹੇ ਜਿਹੇ ਗੜੇ ਹੀ ਪਏ ਨੇ, ਤੇਰੇ ਲਾਗੇ ਕੋਈ ਨਹੀਂ ਹੈ, ਇਹ ਤਾਂ ਖੁਦਾ ਜੋ ਚਾਹੇ ਉਹੀ ਕਰ ਸਕਦਾ, ਇਹ ਵੀ ਮਾਣ ਨਹੀਂ ਕਰਨਾ ਚਾਹੀਦਾ। ਐਵੇਂ ਰਾਮ ਰਾਏ ਜੀ ਦੇ ਬਚਨ ਸੁਣ ਕੇ ਬਾਦਸ਼ਾਹ ਨੇ ਨੀਵੀਂ ਹੀ ਪਾਈ ਰੱਖੀ, ਕੁਝ ਬੋਲਿਆ ਨਾ। ਵਰਖਾ ਹਟ ਗਈ, ਫਿਰ ਦਿੱਲੀ ਸ਼ਹਿਰ 'ਚ ਆਏ, ਬਹੁਤ ਘੋੜੇ ਧਨ ਪਦਾਰਥ ਦਿੱਤੇ, ਵਿਦਿਆ ਹੋਣ ਲੱਗਿਆਂ ਰਾਮ ਰਾਏ ਨੂੰ ਬਾਦਸ਼ਾਹ ਨੇ, ਭਾਵੇਂ ਕਿ ਬੜੀਆਂ ਕੀਮਤੀ ਵਸਤੂਆਂ ਦਿੱਤੀਆਂ। ਰਾਮ ਰਾਏ ਦਾ ਮਨ ਖੁਸ਼ ਨਹੀਂ ਹੈ, ਕਿਉਂਕਿ ਇਹ ਸੋਚ ਰਿਹਾ ਹੈ ਵੀ ਗੁਰੂ ਘਰ ਵੱਲੋਂ ਮੈਂ ਬੇਮੁੱਖ ਹੋ ਗਿਆ, ਗੁਰਾਂ ਨੇ ਮੈਨੂੰ ਤਿਆਗਤਾ, ਪਤਾ ਨਹੀਂ ਹੁਣ ਆਪਣੇ ਚਰਨੀ ਲਾਉਣ ਕਿ ਨਾ ਲਾਉਣ। ਇੱਦਾਂ ਕੁਝ ਕੁ ਸੇਵਾਦਾਰ ਲੈ ਕੇ ਬਾਕੀ ਸਭ ਕੁਝ ਦਿੱਲੀ ਛੱਡ ਕੇ ਚੱਲਿਆ। ਕੀਰਤਪੁਰ ਸਾਹਿਬ ਦੇ ਜਦੋਂ ਇੱਕ ਮੰਜ਼ਿਲ ਬਾਕੀ ਰਹਿ ਗਈ, 12 ਕੋਹ ਦਾ ਪਿੰਡ ਆ, ਇੱਕ ਚਿੱਠੀ ਲਿਖ ਕੇ ਗੁਰੂ ਹਰਿ ਸਾਹਿਬ ਨੂੰ ਭੇਜੀ ਵੀ ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਤੁਹਾਡੀ ਆਗਿਆ ਤੋਂ ਬਣਾ ਨਹੀਂ ਸਕਦਾ ਤੁਸੀਂ, ਕਿਉਂਕਿ ਕਿਹਾ ਹੈ ਵੀ ਮੇਰੇ ਮੱਥੇ ਨਾ ਲੱਗੇ ਰਾਮ ਰਾਏ, ਅਤੇ ਮੇਰੇ ਮਨ 'ਚ ਬੜੀ ਤੀਬਰ ਇੱਛਾ ਹੈ, ਜੇ ਤੁਸੀਂ ਆਗਿਆ ਦਿਓ ਤਾਂ ਮੈਂ ਆ ਕੇ ਦਰਸ਼ਨ ਕਰਾਂ। ਪੜ੍ਹ ਕੇ ਚਿੱਠੀ ਪੱਤਰ ਗੁਰੂ ਹਰਿ ਸਾਹਿਬ ਚਿੱਠੀ ਲਿਆਉਣ ਵਾਲੇ ਸਿੱਖ ਨੂੰ ਕਹਿੰਦੇ ਵੀ ਹੁਣ ਕਿੱਡਾ ਸਾਧ ਬਣਿਆ ਚਾਹੁੰਦਾ, ਜਿੱਥੇ ਕਰਾਮਾਤ ਵਿਖਾਉਣੀ ਸੀ ਉਹ ਵਿਖਾਉਣਾ ਸੀ ਬਣਾ ਕੇ, ਮਿੱਟੀ ਮੁਸਲਮਾਨ ਕੀ ਕਿਵੇਂ ਸੜਦੀ ਹੈ, ਕਿਵੇਂ ਬਲਦੀ ਹੈ, ਉਹ ਕਬਰਾਂ ਵਿਖਾਉਣੀਆਂ ਸਨ, ਉੱਥੇ ਕਰਾਮਾਤ ਨਹੀਂ ਵਰਤੀ ਰਾਮ ਰਾਏ ਨੇ, ਹੋਰ ਨਿੱਘੇ ਨਿੱਘੇ ਗੱਲਾਂ 'ਤੇ ਕਰਾਮਾਤਾਂ ਵਿਖਾਉਂਦਾ ਰਿਹਾ। ਉਹਨੂੰ ਕਿਹਾ ਵੀ ਜਾ, ਹੁਣ ਤੂੰ ਗੁਰੂ ਨਾਨਕ ਸਾਹਿਬ ਦਾ ਨਹੀਂ ਬਣਿਆ, ਉਹਨਾਂ ਦੀ ਬਾਣੀ ਦਾ ਅਦਬ ਨਹੀਂ ਰੱਖਿਆ, ਮਿੱਟੀ ਮੁਸਲਮਾਨ ਕੀ ਥਾਂ 'ਤੇ ਬੇਈਮਾਨ ਕੀ ਕਹਿ ਕੇ ਜਿਹੜਾ ਤੂੰ ਕੁਕਰਮ ਕੀਤਾ ਇਹ ਬਖਸ਼ਿਆ ਨਹੀਂ ਜਾਵੇਗਾ।
साढ़े मत्थे ना लगी जिधर नू मूँह है उधर नू चलिया जा। ये स्नेहा राम राय नू मिलिया उस वेले लाहौर वाल नू मूँह सी, दुखी जिहा हो के महाराज का हुक्म मन के उन्हें चला गया। लाहौर की संगत नू कह घलिया भी इहनू कोई मत्थे ना लावे, कोई इहदी पूजा पुजारी ना करे, कोई पैसा कोई कौड़ी ना चढ़ावे। लाहौर की संगत ने जदों चिट्ठी पढ़ी तो परेशान हो गए भी ये किवें करांगे, महाराज साहब का भी आपां नूं डर रखना पैना, क्योंकि कहिंदे भी जिहड़ा बचन नहीं मनू साडा सिख नहीं है। राम राय भी करामातां दा मालक है, जे उहदे कोल ना गए तां इह शराब दे के ना सानूं खत्म करदे। ये फिर चलाक जे लोग होंदे आ ना कुछ हर थां ते, उन्होंने कहा भी महाराज ने यही कहा ना भी कौड़ी पैसा ना चढ़ावे कोई राम राय नूं, आ चांदी सोने दीआं मोहरां चढ़ाउण तों तां नहीं ना रोकिआ। आपां इउं करदे हां भी चांदी दीआं मोहरां ही चढ़ा दिंदे हां भी गुरु साहिब वल्लों भी रहि जाएगी ते राम राय वल्लों भी। इदां ही कीता, गुरु हर राय साहिब नूं पता लगा। महाराज कहिंदे भी इह लाहौरीए कपट रख गए मन विच भी इह पहले पातशाह दूजे पातशाह वेले टुटे रहे, फिर गुरु अमरदास साहिब ने मिले सन चौथे पातशाह दे कहण ते, क्योंकि लाहौरों आए सी महाराज, फिर हुण कहिंदे भी इह टुट गए आ। ते दसवें पातशाह वेले फिर जदों भाई दया सिंह आए सात संगत जी पंजां प्यारिआं च, उदों दसवें पातशाह ने फिर मिल लए सन। उंज महाराज कहिंदे भी इह खोटे ही आ, भी इह मूँह दे मिठे ते दिल विच फर्क रखदे ने, साडा वचन नहीं मन्निआ। इत्थों तीकर कथा सुनी है। ते नाल ही जो भाई संतोख सिंह जी ने इह जो इतिहास लिखण लगे हैं, इहनू सूरज दे प्रकरण दे नाल लिखिया है, अलंकार नाल, जिवें सूरज बारह रासां च प्रवेश करता है, इवें सूरज वांग प्रगट दसां गुरां दी जो कथा है वह बारह रासां शेर उत्तां दो ऐन, इदां करके भाग वंडे ने, हिस्से वंडे ने कथा दे, जिहदे विचों नौवीं रास दा हिस्सा कल समाप्त होया है। दसवीं रास आरंभ होंदी है जिहदे विच गुरु हर राय साहिब दे गुरु हरकृष्ण साहिब महाराज की कथा आवेगी। आओ जो भाई साहब गुरु हर राय साहिब महाराज सच्चे पातशाह, फिर उन्होंने तो बाद गुरु हरकृष्ण साहिब महाराज की कथा जो दसवीं रास विच कह रहे हैं वो सरवण करिए। ते सरवण करन तों पहला महाराज दे चरण कमलों का ध्यान धार के गुरु तेग बहादुर साहब गुरु हर राय साहब जी दीआं खुशियां लईए। रसना करो पवित्र सारी संगत ही, आखो सतनाम श्री वाहे गुरु साहेब जी, सतनाम श्री वाहे गुरु साहेब जी, सतनाम वाहेगुरु साहिब जी। एक ओंकार सतगुर प्रसाद श्री वाहेगुरु जी की फतेह। अथ दसम रास कथन। साध संग जी गुरु हर राय साहिब महाराज जिवें अपने माता अनंती जी दे ते, फिर अपने भरा धीरमल दियां बेनतियां सुन के, ते करतारपुर जो ये जलंधर दे नेड़े इत्थे जाना है पातशाह ने चल के, ये साखी आ जाएगी। पर उत्तों पहला जदों महाराज जिवें गुरु ग्रंथ साहिब जी की बाणी अंदर कोई महल्ले की बाणी आरंभ होंदी है, जिवें पहले पातशाह की आरंभ होवे उत्थे फिर पहला मंगल लिखदे ने, फिर अगे जिवें तीसरे पातशाह की जां होर सतगुरां की जां राग जदों बदलदा है फिर परमेश्वर की महिमा के वचन लिखते हैं। कई थावां ते को अंकार तो लैके गुरप्रसाद तीकर, कई थावां ते को अंकार फिर सतगुर प्रसाद, जां कई थावां ते को अंकार ते सतनाम दे विचों संखेप करके फिर गुरप्रसाद, ऐदा मंगल महाराज ने लिखे है। भी कोई अगे प्रकरण आरंभ करन तो पहला परमेश्वर के गुण गाउंदे ने, मंगल तो भाव हुंदा जस करना, महिमा गाउणी गुण गाउणे अपने मालक दे जिहदे नाल मालक खुश होवे। ते भाई साहिब जी इत्थे हुण अगली साखी रास दसवीं आरंभ करन तों पहलां मंगलाचरण करदे ने एक ओंकार। एक ओंकार जिवें गुरु नानक साहिब ने लिखिया सब तों पहलां,
ਐਵੇਂ ਮੰਗਲ ਕਰਦੇ ਵੀ ਇੱਕ ਕੀ ਹੈ, ਵਾਹਿਗੁਰੂ ਇੱਕ ਹੀ ਹੈ। ਨਾਮ ਦੁਨੀਆ ਨੇ ਵੱਖੋ ਵੱਖ ਰੱਖ ਲਏ ਹੈ, ਜਿਵੇਂ ਕਈ ਕਹਿ ਦਿੰਦੇ ਵੀ ਸਾਰੇ ਭਗਵਾਨ ਇੱਕ ਹੀ ਹਨ। ਨਹੀਂ, ਸਾਰੇ ਤਾਂ ਬਹੁਵਚਨ ਹੋ ਗਿਆ, ਭਗਵਾਨ ਬਹੁਤੇ ਨਹੀਂ, ਭਗਵਾਨ ਹੈ ਹੀ ਇੱਕ ਹੈ। ਉਹਨੂੰ ਕਿਸੇ ਨੇ ਖੁਦਾ ਕਹਿਤਾ, ਕਿਸੇ ਨੇ ਰਾਮ ਕਿਹਾ ਹੈ, ਕਿਸੇ ਨੇ ਗੌਡ ਕਿਹਾ ਹੈ। ਸਤਿਗੁਰਾਂ ਨੇ ਇੱਕ ਓਅੰਕਾਰ ਲਿਖ ਕੇ ਅਤੇ ਪੱਕੀ ਮੋਹਰ ਲਾ ਦਿੱਤੀ ਵੀ ਪਰਮੇਸ਼ੁਰ ਕੋਈ ਵੱਖ ਵੱਖ ਨਹੀਂ, ਉਹ ਇੱਕੋ ਹੀ ਹੈ। ਅਦੁੱਤੀ ਬ੍ਰਹਮ ਹੈ, ਅਦੁੱਤੀ ਜਿਹੜਾ, ਜਿਹਦੇ ਵਰਗਾ ਦੂਸਰਾ ਕੋਈ ਨਹੀਂ ਹੈ। ਓਅੰਕਾਰ ਕਹਿੰਦੇ ਨੇ ਉਚਾਰਨੇ ਮਾਤਰ ਦੇ ਨਾਲ ਰੱਖਿਆ ਕਰਨ ਵਾਲਾ ਹੈ। ਓਅੰਕਾਰ ਦਾ ਅਰਥ ਹੈ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਆਪਾਂ ਕਹਾਂਗੇ ਪ੍ਰਕਾਸ਼ਕ ਕਿਵੇਂ, ਸਾਡੇ ਸਾਰਿਆਂ ਅੰਦਰ ਇਸ ਵੇਲੇ ਪ੍ਰਕਾਸ਼ ਹੈ, ਜਿਹੜੇ ਸਵਾਹ ਚੱਲ ਰਹੇ ਹੈ, ਜਿਹਦਾ ਕਰਕੇ ਆਪਾਂ ਨੂੰ ਜੀਵਤ ਭਾਵ ਦੇ ਵਿੱਚ ਮਹਿਸੂਸ ਹੋ ਰਿਹਾ ਵੀ ਅਸੀਂ ਮਨੁੱਖ ਹਾਂ। ਇਹ ਪ੍ਰਕਾਸ਼ ਹੈ ਮਾਲਕ ਦਾ, ਅਤੇ ਸਭ ਦੇ ਅੰਦਰ ਇਹ ਪ੍ਰਕਾਸ਼ ਕਰਨ ਵਾਲਾ ਵੀ ਉਹੀ ਹੈ, ਸਰਬ ਦਾ ਰੱਖਿਅਕ ਵੀ ਉਹੀ ਹੈ। ਬੇਨਤੀ ਕਰੇ ਕੋਈ ਭਾਵਨਾ ਦੇ ਨਾਲ, ਉਹਨਾਂ ਦੀ ਸਦਾ ਹੀ ਸਹਾਇਤਾ ਕਰਦਾ, ਅਤੇ ਉਹ ਓਅੰਕਾਰ ਮੰਗਲ ਰੂਪ ਹੈ ਵੀ ਇੱਕੋ ਇੱਕ ਜੋ ਪਰਮੇਸ਼ਰ ਹੈ ਉਹ ਸਦਾ ਖੇੜੇ ਦੇਣ ਵਾਲਾ, ਖੁਸ਼ੀਆਂ ਦੇਣ ਵਾਲਾ ਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਠ ਦਸਮ ਰਾਸ ਕਥਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਤੇ ਸਤ ਕੀ ਹੈ ਵੀ ਤ੍ਰਈ ਕਾਲ ਆਬਾਦ ਹੈ, ਜਿਹੜਾ ਤਿੰਨਾਂ ਸਮਿਆਂ ਦੇ ਵਿੱਚ ਨਾਸ਼ ਨਹੀਂ ਹੁੰਦਾ। ਜਿਵੇਂ ਆਪਾਂ ਕੋਈ ਪਿਛਲੇ ਸਮੇਂ ਦੇ ਵਿੱਚ ਨਹੀਂ ਸੀ, ਹੁਣ ਹੈ, ਅਤੇ ਕੋਈ ਹੁਣ ਹੈ ਅੱਗੇ ਨੂੰ ਨਹੀਂ ਹੋਵੇਗਾ, ਪਰ ਉਹ ਮਾਲਕ ਤ੍ਰਈ ਕਾਲ ਆਬਾਦ ਹੈ, ਸੱਤ ਹੈ, ਵੀ ਤਿੰਨਾਂ ਸਮਿਆਂ 'ਚ ਨਾਸ਼ ਨਹੀਂ ਹੁੰਦਾ। ਫਿਰ ਗੁਰ ਕਹੀਏ ਚੇਤਨ ਹੈ, ਜਿਵੇਂ ਜੜ ਹੁੰਦੇ ਆ ਨਾ ਪੱਥਰ, ਕਿ ਜੜ ਹੈ, ਆਪੋ ਕਿਤੇ ਜਾ ਨਹੀਂ ਸਕਦੇ, ਪਰ ਮਾਲਕ ਚੇਤਨ ਹੈ, ਉਹ ਆਪਣੀ ਇੱਛਾ ਨਾਲ ਕਿਤੇ ਜਾ ਸਕਦਾ ਅਤੇ ਸਾਨੂੰ ਜਾਣ ਜੋਗਿਆ ਕਰ ਦਿੰਦਾ। ਸਾਰੇ ਅੰਦਰ ਚੇਤਨ ਸ਼ਕਤੀ ਉਹੀ ਭਰਦਾ ਹੈ। ਉਹ ਜਿੱਥੇ ਸੱਤ ਹੈ ਤਿੰਨਾਂ ਕਾਲਾਂ 'ਚ ਨਾਸ਼ ਤੋਂ ਰਹਿਤ, ਉੱਥੇ ਗੁਰ ਮਹਾਰਾਜ ਕਹਿੰਦੇ ਵੀ ਉਹ ਸੱਤ ਗੁਰ ਗੁਰ ਚੇਤਨ ਸਰੂਪ ਹੈ। ਪ੍ਰਸਾਦ ਪ੍ਰਸਾਦ ਕਹਿੰਦੇ ਨੇ ਆਨੰਦ ਸਰੂਪ ਨੂੰ, ਅਤੇ ਵੀ ਸਦਾ ਆਨੰਦ ਦੇ ਵਿੱਚ ਰਹਿੰਦਾ ਹੈ ਅਤੇ ਸਦਾ ਆਨੰਦ ਦੇ ਦੇਣ ਵਾਲਾ ਹੈ। ਮਹਾਰਾਜ ਉਹ ਮਿਲਦਾ ਕਿਵੇਂ ਹੈ? ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਹੋਣ 'ਤੇ ਹੀ ਉਹ ਵਾਹਿਗੁਰੂ ਮਿਲਦਾ ਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਪਹਿਲਾ ਮੰਗਲ ਲਿਖਿਆ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਫਿਰ ਹੁਣ ਸ੍ਰੀ ਦਸਮ ਗ੍ਰੰਥ ਦਾ ਵੀ ਮੰਗਲ ਨਾਲ ਹੀ ਲਿਖਦੇ ਨੇ, ਜਿਵੇਂ ਕਲਗੀਧਰ ਸਾਹਿਬ ਜੀ ਨੇ ਦਸਮ ਗ੍ਰੰਥ 'ਚ ਮੰਗਲ ਕੀਤੇ ਨੇ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਜੋ ਸ਼੍ਰੀ ਮਾਇਆ ਦਾ ਪਤੀ ਹੈ, ਸ਼੍ਰੀ ਸਭ ਤੋਂ ਸ਼੍ਰੋਮਣੀ, ਜੋ ਵਾਹਿਗ ਕਹੀਏ ਅਚਰਜ ਰੂਪ, ਅਤੇ ਗੁਰੂ ਗੋ ਨਾਮ ਹਨੇਰੇ ਦਾ, ਰੂਹ ਨਾਮ ਹੈ ਚਾਨਣ ਦਾ, ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਚਾਨਣ ਕਰਨ ਵਾਲਾ, ਸੋਝੀ ਬਖਸ਼ਣ ਵਾਲਾ ਹੈ, ਉਹ ਵਾਹਿਗੁਰੂ ਹੈ। ਅਤੇ ਉਹ ਵਾਹਿਗੁਰੂ ਜੀ ਕੀ ਫਤਿਹ, ਉਹ ਪਰਮੇਸ਼ੁਰ ਦੀ ਸਦਾ ਹੀ ਫਤਿਹ ਹੈ, ਉਸ ਮਾਲਕ ਦੀ ਸਦਾ ਹੀ ਜਿੱਤ ਹੈ। ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹਦੀ ਵੀ ਸਦਾ ਹੀ ਜਿੱਤ ਹੁੰਦੀ ਹੈ। ਅਤੇ ਅੱਠ ਕਹਿੰਦੇ ਹੁਣ ਇਹ ਮੰਗਲ ਗੁਰੂ ਗ੍ਰੰਥ ਸਾਹਿਬ ਦੇ ਦਸਮ ਗ੍ਰੰਥ ਦੇ ਵਿੱਚੋਂ ਪਹਿਲਾਂ ਕਰਕੇ, ਅਤੇ ਹੁਣ ਫਿਰ ਕਹਿੰਦੇ ਵੀ ਜੋ ਦਸਵੀਂ ਰਾਸ ਹੈ ਉਹ ਅਸੀਂ ਕਥਨ ਕਰਦੇ ਹਾਂ। ਸੂਰਜ ਸੰਗਰਾਂਦ ਵਾਲੇ ਦਿਨ ਸਾਧ ਸੰਗਤ ਇੱਕ ਰਾਸ ਨੂੰ ਛੱਡ ਕੇ ਦੂਜੀ ਰਾਸ ਵਿੱਚ ਪ੍ਰਵੇਸ਼ ਹੁੰਦਾ ਹੈ, ਜਿਵੇਂ 12 ਰਾਸਾਂ ਹਨ। ਇਸੇ ਤਰ੍ਹਾਂ ਹੀ ਕਵੀ ਜੀ ਨੇ ਰਾਸਾਂ ਦੇ ਵਿੱਚ ਗੁਰੂ ਦਾ ਜਸ ਕਿਹਾ ਵੀ ਜੋ ਗੁਰੂ ਦਾ ਜਸ ਹੈ ਮਨ ਸੂਰਜ ਜੀ ਨੇ ਆਈ ਹੈ, ਅਤੇ ਇਹ ਜਿਵੇਂ ਸੂਰਜ ਰਾਸ ਬਦਲਦਾ ਐਵੇਂ ਇੱਥੇ ਰਾਸ ਬਦਲਦਿਆਂ ਹੋਇਆਂ ਮਹਾਰਾਜ ਦੀ ਮਹਿਮਾ ਦੀ ਕਥਾ ਕਹਿੰਦੇ ਨੇ ਵੀ ਹੁਣ ਦਸਵੀਂ ਰਾਸ ਆਰੰਭ ਹੁੰਦੀ ਹੈ, ਜਿਹਦੇ ਵਿੱਚ ਸੱਤਵੇਂ ਅਤੇ ਅੱਠਵੇਂ ਪਾਤਸ਼ਾਹ ਦੇ ਗੁਣ ਗਾਏ ਨੇ। ਮਹਾਰਾਜ ਸਾਹਿਬ ਜੀ ਦੇ ਮੰਗਲ ਕਰਦੇ ਦਸਾਂ ਪਾਤਸ਼ਾਹੀਆਂ ਪਰਮੇਸ਼ੁਰ ਅਤੇ ਬਾਣੀ ਦੀ ਮਹਿਮਾ ਕਰਕੇ ਕਥਾ ਆਰੰਭ ਕਰਨਗੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਨੂੰ ਮੈਂ ਚੇਤੇ ਕਰਦਾ ਹਾਂ, ਸੱਤ ਜਿਹੜਾ ਸੱਤ ਹੈ ਸਦਾ ਹੀ ਜੋ ਨਾਸ਼ ਤੋਂ ਰਹਿਤ ਹੈ, ਫਿਰ ਚਿੱਤ ਚੇਤਨ ਸਰੂਪ ਹੈ, ਆਨੰਦ ਸਰੂਪ ਹੈ,
परमात्मा जिन्हिया भी आत्मा ने उन्हें सारिया तो वड्डी परम आत्मा है। सब जीवन को जीव ते जिन्हें भी जीव हैं कुल ब्रह्मांड संसार दे विच उन्हां दा जीवन रूप है, उन्हां दी जिंदगानी उहदे करके ही सब दी सवास चलते ने, उस मालक दे करके ही साडा जीवन है। सदा शांत लब सब रवैयो फिर सदा शांत साध संगत परमेश्वर कैसा है भी सदा ही शांत स्वरूप है। वो अपने दे हुंदा ना मन दे विच भड़कना बनी रहिंदी है, कुछ ना कुछ इधर उधर वकारा करके उछल फतल बनी रहिंदी है, पर परमेश्वर सदा ही शांत स्वरूप है, उहदे विच भड़कना नहीं है। नभ संभ रवे हो ते वह व्यापक है। किवें व्यापक है? कहिंदे जिवें आकाश सब थावां ते दिखदा ना, ਆਪਾਂ ਚਿੱਧਰਲੇ ਪਾਸੇ ਨੂੰ ਵੇਖੀਏ ਇਉਂ ਹੀ ਲੱਗਦਾ ਵੀ ਆਕਾਸ਼ ਚਾਰ ਸਫੇਰੇ ਹੀ ਆ। ਇਵੇਂ ਆਕਾਸ਼ ਦੀ ਨਿਆਈ ਪਰਮੇਸ਼ੁਰ ਸਭ ਥਾਵਾਂ 'ਤੇ ਰਵਿਆ ਹੋਇਆ, ਵਾਹਿਗੁਰੂ ਸਭ ਥਾਵਾਂ 'ਤੇ ਵਸ ਰਿਹਾ ਏ। ਸਰਬ ਸ਼ਕਤ ਕੋ ਸੀਵ ਫਿਰ ਜਿੰਨੀਆਂ ਵੀ ਸ਼ਕਤੀਆਂ ਨੇ ਤਾਕਤਾਂ ਨੇ ਦੁਨੀਆਂ ਦੀਆਂ ਕਰਾਮਾਤਾਂ ਨੇ ਉਹਨਾਂ ਸਾਰੀਆਂ ਸ਼ਕਤੀਆਂ ਦੀ ਹੱਦ ਹੈ। ਭਾਵ ਪਰਮੇਸ਼ੁਰ ਤੋਂ ਪਰੇ ਵੱਡੀ ਕੋਈ ਸ਼ਕਤੀ ਨਹੀਂ ਹੈ, ਮਾਲਕ ਤੋਂ ਪਰੇ ਕੋਈ ਵੱਡਾ ਸਮਰੱਥ ਨਹੀਂ ਹੈ। ਕਬਿਤ ਚੰਦਰਮਾ ਬਦਨ ਸ਼ੋਭ ਮਤ ਕੀ ਸਦਨ ਸਾਧ। ਪਹਿਲਾਂ ਪਰਮੇਸ਼ੁਰ ਦਾ ਮੰਗਲ ਕੀਤਾ, ਹੁਣ ਗੁਰਬਾਣੀ ਦੀ ਮਹਿਮਾ ਦਾ ਮੰਗਲ ਕਰਦੇ ਨੇ ਕਵੀ ਜੀ ਕਬਿਤ ਵਿੱਚ ਵੀ। ਚੰਦਰਮਾ ਬਦਨ, ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ, ਐਸਾ ਸੋਹਣਾ ਬਦਨ ਹੈ ਗੁਰਬਾਣੀ ਦਾ। ਵੇਖੋ ਗੁਰੂ ਸਾਹਿਬ ਦੀ ਗੁਰਬਾਣੀ ਜੋ ਹੈ ਇਹਦੀ ਮਹਿਮਾ ਕਰਨ ਦੇ ਲਈ ਇਸ ਤਰ੍ਹਾਂ ਕਵੀ ਜੀ ਨੇ ਬਣਾਇਆ ਪ੍ਰਕਰਨ ਵੀ। ਜਿਵੇਂ ਕੋਈ ਸਰੂਪ ਹੁੰਦਾ ਨਾ ਕਿਸੇ ਦਾ, ਸਰੀਰ ਹੁੰਦਾ ਵੀ, ਸਰੀਰ ਦੇ ਅੰਗਾਂ ਦੇ ਬਾਰੇ ਆਪਾਂ ਕਹਿ ਸਕਦੇ ਵੀ ਮੁੱਖ ਕੈਸਾ, ਦੰਦ ਕੈਸੇ ਹੈ, ਸ਼ੋਭਾ ਕੈਸੀ ਹੈ। ਇੱਦਾਂ ਸਾਨੂੰ ਸਮਝਾਉਣ ਦੇ ਲਈ ਵੀ ਸਾਡੀ ਸਮਝ 'ਚ ਗੁਰਬਾਣੀ ਦੀ ਮਹਿਮਾ ਆ ਜਾਵੇ ਅਤੇ ਸਰੂਪ ਬਣਾ ਕੇ ਦੱਸਦੇ ਨੇ ਵੀ ਗੁਰਬਾਣੀ ਦਾ ਮੁੱਖ ਚੰਦਰਮਾ ਵਰਗਾ ਹੈ। ਸ਼ੁਭ ਮਤ ਕੀ ਸਦਨ ਸਦ, ਅਤੇ ਸ਼ੁਭ ਮਤੀ ਦਾ ਸਦਾ ਹੀ ਘਰ ਹੈ ਗੁਰਬਾਣੀ। ਜਿਹੜਾ ਗੁਰਬਾਣੀ ਪੜ੍ਹਦਾ ਹੈ ਉਹਦਾ ਵੀ ਮੁੱਖ ਉੱਜਲ ਹੋ ਜਾਂਦਾ, ਉਹਨੂੰ ਵੀ ਚੰਗੀ ਮਤ ਮਿਲਦੀ ਹੈ। ਅਤੇ ਜੋ ਗੁਰਬਾਣੀ ਦੇ ਦਸਨ ਦੰਦ ਹਨ ਉਹਨਾਂ ਦੀ ਚਮਕ, ਉਹਨਾਂ ਦੀ ਸ਼ੋਭਾ ਇਵੇਂ ਹੈ ਜਿਵੇਂ ਆਕਾਸ਼ ਦੇ ਵਿੱਚ ਬਿਜਲੀ ਲਿਸ਼ਕਦੀ ਹੈ। ਬੇਲ ਦੰਡ ਪਾਣੀ ਤੀਨ ਲੋਕ ਮੈਂ ਸੁਜਾਨ ਜਾਣੀ, ਬੇਲ ਦੰਡ ਪਾਣੀ ਤੀਨ ਲੋਕ ਮੈਂ ਸੁਜਾਨ ਜਾਣੀ। ਫਿਰ ਉਹ ਕੈਸੀ ਹੈ ਗੁਰਬਾਣੀ? ਕਹਿੰਦੇ ਵੀ ਉਹ ਵੀਣਾ ਦੰਡ ਜਿਹਦੇ ਹੱਥਾਂ ਵਿੱਚ ਹੈ, ਵੀ ਉਹਦੇ ਹੱਥਾਂ ਦੇ ਵਿੱਚ ਵੀਣਾ ਪਕੜੀ ਹੋਈ ਹੈ। ਅਤੇ ਤੀਨ ਲੋਕ ਮੈਂ ਸੁਜਾਨ ਜਾਣੀ, ਤਿੰਨਾਂ ਲੋਕਾਂ ਦੇ ਵਿੱਚ ਸੋ ਭਲੀ ਪ੍ਰਕਾਰ ਸਭ ਦੇ ਅੰਦਰ ਦੀ ਜਾਣਨ ਵਾਲੀ ਹੈ, ਤਿੰਨਾਂ ਲੋਕਾਂ ਦੇ ਸਭ ਦੁੱਖ ਦੂਰ ਕਰਨ ਵਾਲੀ ਹੈ ਗੁਰਬਾਣੀ। ਸਭੈ ਮਨ ਪਾਣੀ ਮਹਾਰਾਣੀ ਅਬਰਾਮਨੀ। ਫਿਰ ਗੁਰੂ ਦੀ ਬਾਣੀ ਕੈਸੀ ਹੈ? ਵੀ ਸਭ ਦੇ ਮਨ ਨੂੰ ਭਾਉਂਦੀ ਹੈ। ਜਿਹੜਾ ਵੀ ਗੁਰਬਾਣੀ ਪੜ੍ਹੇ ਉਹਨੂੰ ਖੇੜਾ ਆਉਂਦਾ ਹੈ। ਮਹਾਰਾਣੀ ਅਬ, ਜਿਵੇਂ ਮਹਾਰਾਣੀ ਹੁੰਦੀ ਹੈ ਨਾ ਅਬਰਾਮਨੀ, ਇਸ ਤਰ੍ਹਾਂ ਮਹਾਰਾਣੀ ਹੈ ਸੁੰਦਰਤਾ ਦੀ। ਭਾਵ ਸਭ ਤੋਂ ਸੁੰਦਰ ਹੈ ਗੁਰਾਂ ਦੀ ਬਾਣੀ। ਪੁੰਜ ਗੁਣ ਗਾਣੀ ਗਨ ਬਿਗਨ ਪਰਾਣੀ ਗਾਣੀ। ਪੁੰਜ ਹੁੰਦਾ ਹੈ ਸਮੂਹ, ਜਿੰਨੇ ਵੀ ਗੁਣ ਨੇ ਕੁੱਲ, ਜਿੰਨੇ ਵੀ ਚੰਗੇ ਗੁਣ ਹਨ ਸੰਸਾਰ ਦੇ, ਸਾਰੇ ਹੀ ਗੁਣਾਂ ਦੀ ਖਾਣ ਹੈ। ਸਭ ਗੁਣ ਗੁਰਬਾਣੀ ਪੜ੍ਹ ਕੇ ਮਿਲ ਜਾਂਦੇ ਹਨ। ਅਤੇ ਫਿਰ ਗਨ ਬਿਗਨ ਪਰਾਣੀ ਗਾਣੀ, ਅਤੇ ਜਿਹੜੇ ਜੀਵ ਨੇ ਨਾ ਉਹਨਾਂ ਨੂੰ ਜਿੱਥੇ ਸਾਰੇ ਹੀ ਗੁਣ ਮਿਲਦੇ ਹਨ, ਸਮੂਹ ਗੁਣਾਂ ਦੀ ਖਾਣ ਤਾਂ ਹੈਗੀ ਹੈ, ਸਭ ਵਿਘਣਾਂ ਦੇ ਵੀ ਨਾਸ਼ ਕਰਨ ਵਾਲੀ ਗਾਈ ਜਾਂਦੀ ਹੈ, ਜੀਵਾਂ ਦੇ ਸਭ ਤਰ੍ਹਾਂ ਦੇ ਵਿਘਨ ਵਿਨਾਸ਼ ਕਰ ਦਿੰਦੀ ਹੈ, ਰੁਕਾਵਟਾਂ ਦੂਰ ਕਰ ਦਿੰਦੀ ਹੈ ਗੁਰਬਾਣੀ। ਅਰੁਣ ਵਰਣ ਪਾਣੀ, ਅਤੇ ਅਰੁਣ ਨਾਮ ਹੈ ਸਾਧ ਸੰਗਤ ਜੀ ਲਾਲ ਦਾ, ਜਿਵੇਂ ਲਾਲ ਰੰਗ ਹੈ ਨਾ, ਲਾਲ ਰੰਗ ਦੇ ਕੀ ਹੈ ਵਰਣ, ਵਰਣ ਨਾਮ ਰੰਗ ਦਾ ਏ, ਅਰੁਣ ਲਾਲ ਦਾ, ਅਤੇ ਪਾਣੀ ਨਾਮ ਪਾਣ ਹੱਥਾਂ ਦਾ ਏ। ਵੀ ਲਾਲ ਰੰਗ ਦੇ ਉਸ ਦੇ ਹੱਥ ਹਨ, ਵੀ ਸਦਾ ਹੀ ਉਹ ਜਿਹੜਾ ਗੁਰਬਾਣੀ ਪੜ੍ਹੇ ਉਹਨੂੰ ਵੀ ਲਾਲੀ ਚੜ੍ਹੀ ਰਹਿੰਦੀ ਹੈ, ਸਦਾ ਹੀ ਉਹਦੇ 'ਤੇ
प्रभाव तेज प्रताप बनिया रहिंदा है। सलकता प्रगामनी ते जिवें नदी का प्रवाह हुंदा एवें गुरबाणी का प्रवाह है। फिर जदों गुरबाणी का प्रवाह चलता है नदी के वांग गंभीर ते सब जिवें नदी के विच ही सब संगत जो कुछ भी मल मूत्र सब रोड़ के लै जांदे है ना, नदी का पानी गंदगी नूं रोड़ के ते साफ कर दिंदा सब कुछ, एवें गुरबाणी का प्रवाह है। सिखां दे अंदर दी गंदगी नूं रोड़ के लै जांदा है ते उन्हां दा हिरदा उन्हां दा अंदर पवित्र कर दिंदा है, भाव के गुरबाणी नदी दे वांग पवित्र कर देण वाली सदा प्रवाह चलदा है। जिवें हरिमंदर साहिब सदा ही गुरबाणी का प्रवाह चलदा ही रहिंदा है। ये मानो भी नदी के प्रवाह की राही है, नदी के पानी के बहाव वांग है जो रुकती ठहरती नहीं कदी। महामोद माणी माणी रूप है समाणी जागे, महामोद माणी मोद नाम है खुशी का खेड़े का, भी अंदर खुशियां देने वाली है। बाणी पढ़न वाले जिहड़े हन उन्हां दे अंदर बहुत मोद चाव उत्साह खेड़ा हुंदा, गुरबाणी पढ़ के मन में खुशी आती है। बाणी रूप है समाणी जग, तो यह गुरबाणी स्वरूप हो करके सारे जगत दे विच यह ब्राह्मी गुरबाणी रूप हो के समाया होया है। जिवें बाणी गुरु, गुरु है बाणी, गुरु बाणी रूप हो के समा रहा है। वंदना संतोख सिंह राणी दिन जामनी, भाई संतोख सिंह जी कहिंदे भी मैं रात दिने ऐसे प्रकाश रूप गुरबाणी नूं वंदना करदा नमस्कार करदा जिहदे करके जगत दी कल्याण हुंदी ते हो रही है ते अगे नूं होवेगी। सुंदर कीरत चंद्रका चंदिश, सत संगत अगे सुंदर कीरत चंद्रका, गुरु नानक साहब दा मंगल करदे गुरु नानक साहब दी महिमा करदे ने भाई संतोख सिंह भी। सुंदर कीरत चंद्रका जिवें चंद्रमा की चाननी होंदी है ना पूर्णमासी की रात में, इसे प्रकार गुरु नानक देव महाराज जी की जो कीर्ति है महिमा है ये मानो भी चंद्रमा की चांदनी दे वांग सब थावां ते प्रकाश रही है। ये मानो भी महाराज की कीर्ति का महिमा का चार फेरे बितान हुंदा चंदोवा चाननी, भी महाराज साहब जी की महिमा का चंदोवा ही तन रहा है सब जगत दे विच चार फेरे, हर पासे गुरु नानक देव साहब जी दे गुण गाए जा रहे, सब थावां दे गुरु नानक देव साहब जी की महिमा हुंदी है। श्री नानक जग गुरु को, ऐसे जो श्री श्रोमणी जगत गुरु नानक देव महाराज जी हन जिन्हां दी महिमा दा चंदोआ सब जहान विच ताणिया है तिन्हां दे ताई। नमो जोर जुगपाल, कवि संतोख सिंह जी कहिंदे मेरी दोवें हाथ जोड़ के नमस्कार है, धन गुरु नानक देव महाराज जी दे चरणा दे मैं मथा टेकदा हाँ। तीरज तरन, फिर दूसरे पातशाह गुरु अंगद देव साहब की महिमा कहिंदे ने भी अजार जरन जो जरन तो रहत शक्तियां हन, करा माता ने गुरता गद्दी की महानता है ओनू जर लैण वाले ने, अजर शक्ति नू जरन वाले गुरु अंगद देव साहेब, धीरज धरन अदे धीरज धारी हन हर तरह अडोल रहिंदे ने। तरन मनिंद मिलंद, कहिंदे कैसी धीरज है भी जिवें धरती दी धीरज है ना, जिवें धरती सब कुछ सहार लैंदी है एवें धरती दी न्याई बिलंद बहुत ही वड्डे धीरज धारी ते अजर वस्तुआं नू शक्तियां नू सहार लैण वाले जर लैण वाले ने गुरु अंगद साहिब। श्री अंगद पद पदम को, श्री गुरु अंगद देव साहिब जी दे जो कमल वर्गे चलण हन उन्हां दे ताई। बंधन विघन निकंद, कवि संतोख सिंह दी दोवें हाथ जोड़ के वंदना नमस्कार है जो गुरु अंगद देव साहिब समूह विघना दे नाश करन हारे हर तरह के संकट सिखां दे दूर करदे हन। तीसरे गुरु अमरदास साहिब की महिमा का वचन करदे ने भी जो गुरु अमरदास साहिब भल्लिया की कुल दे कलस होए ने, कलस का अर्थ है इत्थे श्रोमणी जिवें गुंबद है ना पर गुरु गुरु गुरद्वारा साहिब
गुंबद के उपर जिहड़ा सोने का लगा उन्हूं कलश कहिंदे ने, जिहड़ा सब तों उत्ते होवे। इस तरह भलिया की कुल दे कलश, भलिया की कुल विचों सब तो वड्डे श्रोमणी जो गुरु अमरदास साहब हन। अजमत के दातार जो शक्तियां करामातां दे दातार ने, जिन्हां ने बाई मंजियां थाप के उन्हां नूं सधारण मनुखां नूं भी योग बनाता, बीबियां दे 72 पीड़े महाराज ने प्रचार लई थाप दिते। जिन्ना चिर बाई वरे गुरता गद्दी दे विराजमान रहे, गोंदवाल साहब दे विच किसे माई दे पुत्र दे सामने मौत नहीं होण दित्ती महाराज ने। जो सब शक्तियां दे दतार हन गुरु अमरदास साहेब, श्री गुरु अमर आनंदमय, ऐसे आनंदमय आनंद स्वरूप गुरु अमरदास महाराज जी दे ताई नमो चरण परतार। कवि संतोख सिंह जी दी नमस्कार होवे, मैं मत्था टेकदा महाराज दे चरणा दे सिर रख के। सदा शांत चित ग्रस्त मैं, चौथे पातशाह गुरु रामदास की महिमा कहिंदे ने भी, जो गुरु रामदास साहिब सच्चे पातशाह गृहस्त धर्म दे विच रहिंदे आ, गृहस्त विच रहिंदे आ भी सदा शांति रहे ने। नहीं तो गृहस्त दे विच रहना ते शांत रहना यह गल बनदी नहीं ना, पर महाराज गृहस्त च भी रहे ने, वेखो ते सदा शांत भी रहे हन। ते सोडियां दी कुल विच वड्डे उहनां दे सुल्तान ने, सोडियां दी कुल दे पातशाह हन सतगुरु जी रामदास श्री सतगुरु। ऐसे चौथे पातशाह श्री गुरु रामदास महाराज साहिब दे ताई तिन पद बंधन ठान। कवि संतोख सिंह जी कहिंदे मैं चौथे सतगुरां दे बंदना करदा हां, नमस्कार करदा हां। पंजवें पातशाह गुरु अर्जन देव साहिब दी महिमा कहिंदे ने भी हेत भविखित तार बे, भी भविख विच जिहड़े सिख होण वाले सन, भविख दे सिखां नूं तारन दे वास्ते गुरु अर्जन देव साहिब जी ने रचियो ग्रंथ श्रुत सार। सब धर्म ग्रंथां दे विचों श्रेष्ठ ग्रंथ श्री गुरु ग्रंथ साहिब रचना कीता, भी इस गुरु ग्रंथ साहिब दी बाणी नूं पढ़ सुन के विचार के भविख विच जिहड़े सिख होणगे उहनां दी कल्याण होवेगी। इत्थे भविख विच तां कहा है क्योंकि उस वेले तो महाराज आप हाजर ही सन, तो सिखां दी कल्याण कर ही रहे सी, ते भविख विच जदों शरीर ओले करना सी दसवें पातशाह दे तक जाके, उस तों बाद फिर गुरबाणी दे राही ही कल्याण होनी है सिखां दी। ये विचार करके भविख दे सिख भविख दे विच सिखां दा भला चाहुण दे लई वर्तमान विच तां आप हाजर नाजर ने, पर भविख विच सिख तर जाण मुक्त हो जाण, गुरु ग्रंथ साहिब सब तो श्रोमणी महाराज ने रचिया। श्री अर्जन पग कमल पाए, ऐसे श्री श्रोमणी गुरु अर्जन देव महाराज साहिब जी दे चरण कमलां दे उत्ते नमस्कार सिर धार मत्था रख के मैं कवि नमस्कार करदा हां, मत्था टेकदा हां। गुरु हरगोबिंद साहिब जी दी महिमा कहिंदे ने भी कट निखंग लक कमर कसे नाल, तीरां दा पथा कसिया होया है जिस गुरु हरगोबिंद साहिब जी ने, कर धन तरे अपने कर कमलां च बड़ा कठोर बड़ा भारी तनख धारिया सी। सिपर दोए शमशेर, सिपर दोए शमशेर, ते फिर मोढे दे महाराज ने ढाला कसिया होया है, ते दो कृपाणा मीरी दे पीरी दियां शमशीरां पहनियां होईयां हन। ऐसे जो शस्त्र धारी तैयार बुर तैयार सतगुरु हरगोबिंद साहिब ने, मृग शत्रु समुदाय को, समुदाय को मृग शत्रु समुदाय को, भी जिन्हें भी कहिंदे भी जिवें हरना दियां डारा होंदियां ने, इवें हिरना दी न्याई समूह जिहड़े लखां ही शत्रु वैरी चढ़ के आउंदे सन ਉਹਨਾਂ ਦੇ ਵਾਸਤੇ, ਜੰਗ ਕਰਕੇ ਦੁਸ਼ਟਾਂ ਨੂੰ ਸੋਧਣ ਲਈ ਸ਼ੇਰ ਦੀ ਨਿਆਈ ਨੇ। ਜਿਵੇਂ ਜਦੋਂ ਸ਼ੇਰ ਦੁਹਾੜਦਾ ਹੈ ਤਾਂ ਸਭ ਹਰਨਾਂ ਦੀਆਂ ਡਾਰਾਂ ਨੱਸ ਜਾਂਦੀਆਂ ਨੇ, ਇਵੇਂ ਗੁਰੂ ਹਰਗੋਬਿੰਦ ਸਾਹਿਬ ਦੁਸ਼ਮਣਾਂ ਨੂੰ
ਸੋਧਣ ਦੇ ਲਾਸ ਵਾਸਤੇ ਸ਼ੇਰ ਦੀ ਨਿਆਈ ਮਹਾਨ ਤੋਂ ਮਹਾਨ ਹਨ। ਹਰੇ ਰੰਗ ਤੇ ਰਾਮ ਗਨ ਐਸੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਵੀ ਜੀ ਕਹਿੰਦੇ ਵੀ ਮੈਂ ਨਮਸਕਾਰ ਕਰਦਾ ਹਾਂ। ਅੱਗੇ ਹੁਣ ਗੁਰੂ ਹਰਿ ਸਾਹਿਬ ਦੀ ਮਹਿਮਾ ਕਥਨ ਕਰਦੇ ਨੇ ਵੀ ਕਰੇ ਰੰਗ ਤੇ ਰਾਵ ਗਨ, ਵੀ ਜਿਸ ਸਤਵੇਂ ਪਾਤਸ਼ਾਹ ਨੇ ਅਨੇਕਾਂ ਹੀ ਜਿਹੜੇ ਰੰਗ ਕੰਗਾਲ ਸਨ ਉਹਨਾਂ ਨੂੰ ਰਾਜੇ ਰਾਣੇ ਬਣਾ ਦਿੱਤਾ। ਸ੍ਰੀ ਮੁਖ ਤੇ ਆਪਣੇ ਸ੍ਰੀ ਸ਼੍ਰੋਮਣੀ ਮੁਖ ਤੋਂ ਬਸ ਵਚਨ ਹੀ ਕੀਤਾ ਤੇ ਉਹ ਰਾਜੇ ਬਣ ਗਏ। ਸਾਧ ਸੰਗਤ ਦਾ ਜਿਹੜੇ ਤੁਹਾਡੇ ਨਾਭੇ ਪਟਿਆਲੇ ਵਾਲੇ ਰਾਜੇ ਹੁਣ ਇਸ ਵੇਲੇ ਤੀਕਰ ਲਾਲ ਬੱਤੀਆਂ ਦੇ ਹੂਡੇ ਲੈਂਦੇ ਹੈ, ਇਹਨਾਂ ਦੇ ਵੱਡੇ ਵਡੇਰੇ ਪਾਉਣ ਦੇ ਸਰੀਰ ਨੂੰ ਢਿੱਡ ਢੱਕਣ ਦੇ ਵਾਸਤੇ ਤਨ ਢੱਕਣ ਲਈ ਕੱਪੜਾ ਨਹੀਂ ਸੀ ਅਤੇ ਨੰਗੇ ਭੁੱਖੇ ਅਤੇ ਕਾਲਾ ਸੀ। ਚਾਚਾ ਇਹਨਾਂ ਦਾ ਲੈ ਗਿਆ ਗੁਰੂ ਹਰਿ ਸਾਹਿਬ ਦੇ ਕੋਲ, ਸਿਖਾਇਆ ਸੀ ਢਿੱਡ 'ਤੇ ਹੱਥ ਮਾਰੇ ਇਹਨਾਂ ਨੇ। ਗੁਰੂ ਮਹਾਰਾਜ ਨੇ ਪੁੱਛਿਆ ਵੀ ਇਹ ਕਾਲੇ ਗੁਰਸਿੱਖ ਢਿੱਡ 'ਤੇ ਹੱਥ ਕਿਉਂ ਮਾਰਦੇ ਹੈ? ਕਹਿਣ ਲੱਗਾ ਮਹਾਰਾਜ ਕਈ ਦਿਨਾਂ ਦੇ ਭੁੱਖੇ ਹੈ ਅਤੇ ਚਾਹੁੰਦੇ ਆ ਵੀ ਸਾਨੂੰ ਕੁਝ ਮਿਲੇ। ਗੁਰੂ ਹਰਿ ਸਾਹਿਬ ਕਹਿੰਦੇ ਵੀ ਇਹ ਭੁੱਖੇ ਨਹੀਂ, ਇਹ ਤਾਂ ਰਾਜੇ ਹੋਣਗੇ। ਪਟਿਆਲੇ ਜੀਨ ਅਤੇ ਨਾਭਾ ਇਹ ਤਿੰਨ ਰਿਆਸਤਾਂ ਜਿਹੜੀਆਂ ਨੇ, ਇਹ ਇਹਨਾਂ ਢਿੱਡ ਕ ਜਾ ਕੇ ਖੜਕਾਇਆ ਇਹਨਾਂ ਦੇ ਵੱਡੇ ਵਡੇਰਿਆਂ ਨੇ ਗੁਰੂ ਹਰਿ ਸਾਹਿਬ ਜੀ ਦੇ ਅੱਗੇ, ਅਤੇ ਪਾਤਸ਼ਾਹ ਨੇ ਰਾਜੇ ਹੋਣ ਦਾ ਵਰ ਦਿੱਤਾ। ਹੁਣ ਤੀਕਰ ਵੀ ਵੇਖ ਲਓ ਪੰਜਾਬ ਦੇ ਵਿੱਚ ਇਹ ਭਾਵੇਂ ਅਕਿਰਤ ਕਣ ਮੰਨਣ ਨਾ ਮੰਨਣ ਗੁਰੂ ਸਾਹਿਬ ਦਾ ਜਸ, ਪਰ ਉਹਨਾਂ ਸਤਿਗੁਰਾਂ ਦੇ ਉਹਨਾਂ ਬਚਨਾਂ ਦਾ ਸਦਕਾ ਸਤਵੇਂ ਪਾਤਸ਼ਾਹ ਦੇ ਹੁਣ ਤੀਕਰ ਵੀ ਪਟਿਆਲੇ ਵਾਲੇ ਰਾਜੇ ਰਾਜ ਕਰ ਰਹੇ ਹਨ। ਅਤੇ ਜਿਸ ਗੁਰੂ ਹਰਿ ਸਾਹਿਬ ਜੀ ਨੇ ਕਹਿੰਦੇ ਅਨੇਕਾਂ ਹੀ ਜਿਹੜੇ ਰੰਕ ਨੇ ਭੁੱਖੇ ਨੰਗੇ ਜਿਹੜੇ ਰੁਲਦੇ ਫਿਰਦੇ ਸੀ, ਆਪਣਾ ਬਚਨ ਹੀ ਕਹਿ ਕੇ ਇੱਕ ਮੁੱਖ ਤੋਂ ਬਚਨ ਕਰਨੇ ਕਰਕੇ ਰਾਜੇ ਬਣਾ ਦੇ, ਪਾਤਸ਼ਾਹ ਬਣਾ ਦਿੱਤੇ। ਐਸੇ ਜੋ ਸ੍ਰੀ ਸ਼੍ਰੋਮਣੀ ਸਤਿਗੁਰੂ ਹਰਿ ਸਾਹਿਬ ਮਹਾਰਾਜ ਨੇ ਉਹਨਾਂ ਦਾ ਸਿਮਰਨ ਜਿਹੜਾ ਕਰਦਾ ਹੈ ਉਹਨੂੰ ਜਮਾ ਦਾ ਭੈ ਨਹੀਂ ਰਹਿੰਦਾ, ਫਿਰ ਕਿਤੇ ਲੇਖਾ ਨਹੀਂ ਦੇਣਾ ਪੈਂਦਾ ਉਹਨਾਂ ਨੂੰ। ਨਮਸਕਾਰ ਬਾਲਕ ਅੱਠਵੇਂ ਪਾਤਸ਼ਾਹ ਦੀ ਮਹਿਮਾ ਕਰਦੇ ਨੇ ਵੀ ਉਮਰ ਤਾਂ ਬਾਲਕਾਂ ਵਾਲੀ ਸੀ ਪਰ ਸ਼ਕਤੀਆਂ ਅਤਿਅੰਤ ਸਨ ਅੱਠਵੇਂ ਸਤਿਗੁਰਾਂ ਚ। ਅੱਠਵੇਂ ਸਤਿਗੁਰਾਂ ਦੇ ਦਰਸ਼ਨ ਕਰਕੇ ਹੀ ਸਾਰੇ ਦੁੱਖ ਚਲੇ ਜਾਂਦੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਤਾਂ ਕਿਹਾ ਹੀ ਹੈ ਨਾ ਵੀ ਸ੍ਰੀ ਹਰਿ ਕ੍ਰਿਸ਼ਨ ਧਿਆਏ ਹੈ ਜਿਸ ਡਿੱਠਾ ਸਭ ਦੁੱਖ ਜਾਏ, ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਹੀ ਦੁੱਖ ਜਾਂਦੇ ਨੇ। ਸ੍ਰੀ ਹਰਿਕ੍ਰਿਸ਼ਨ ਆਨੰਦ ਜੋ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਆਨੰਦ ਦੇ ਬੱਦਲ ਹੀ ਹਨ, ਮਾਨੋ ਜਿਵੇਂ ਬੱਦਲ ਆਉਣ ਦੇ ਬਹੁਤਾ ਮੀਂਹ ਪੈਂਦਾ ਐਵੇਂ ਆਨੰਦ ਹੀ ਦੇਣ ਵਾਲੇ ਨੇ। ਦਿੱਲੀ 'ਚ ਬਿਮਾਰੀ ਕਰਕੇ ਸਭ ਦੁਖੀ ਹੋ ਗਏ ਸੀ, ਮਹਾਰਾਜ ਨੇ ਸਭ ਠੀਕ ਕਰ ਦਿੱਤੇ। ਉਹਨਾਂ ਦੇ ਕਮਲ ਵਰਗੇ ਚਰਨਾਂ 'ਤੇ ਕਵੀ ਜੀ ਕਹਿੰਦੇ ਮੇਰੀ ਨਮਸਕਾਰ ਮੱਥਾ ਟੇਕਦਾ ਹਾਂ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਕਹਿੰਦੇ ਨੇ ਵੀ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਕੋਈ ਸਿੱਖ ਉਹਨਾਂ ਨੂੰ ਯਾਦ ਹੀ ਕਰੇ ਕਿਤੇ ਬਿਪਤਾ 'ਚ ਫਸਿਆ ਤਾਂ ਮਹਾਰਾਜ ਉੱਥੇ ਹੀ ਹਾਜ਼ਰ ਹੋ ਜਾਂਦੇ ਹਨ, ਜਿਵੇਂ ਮੱਖਣ ਸ਼ਾਹ ਲਬਾਣੇ ਦਾ ਬੇੜਾ ਬੰਨੇ ਲਾਇਆ। ਅਤੇ ਜਿਹੜੇ ਬ੍ਰਿੰਦ ਸਮੂਹ ਸਿੱਖ ਸੇਵਕ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ, ਉਹਨਾਂ ਵਾਸਤੇ ਨਵੇਂ ਪਾਤਸ਼ਾਹ ਚਾਦਰ ਦੀ ਨਿਆਈ ਹੈ। ਜਿਵੇਂ ਚਾਦਰ ਨੰਗੇਜ ਢੱਕਦੀ ਹੈ ਨਾ, ਜਿਵੇਂ ਕੱਪੜਾ ਜਿਹੜਾ ਹੈ ਉਹ ਢੱਕ ਲੈਂਦਾ ਪੜਦਾ, ਇਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਸਿੱਖ ਸੇਵਕਾਂ ਦੇ ਪਰਦੇ ਢੱਕ ਲੈਂਦੇ ਨੇ। ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਹਰ ਤਰ੍ਹਾਂ ਦੀ ਬੇਪਤੀ ਹੋਣ ਤੋਂ ਬਚਾ ਲੈਂਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਸਤਿਗੁਰੂ ਜੀ ਹਨ ਨੌਵੇਂ ਪਾਤਸ਼ਾਹ, ਬਹੁਤ ਹੀ ਅਦਭੁਤ ਦੇ ਨਾਲ ਕਵੀ ਜੀ ਕਹਿੰਦੇ ਮੇਰੀ ਮਹਾਰਾਜ ਦੇ ਚਰਨ ਕਮਲਾਂ ਤੇ ਬੰਦਨਾ ਨਮਸਕਾਰ ਹੈ, ਜੋ ਚਾਦਰ ਦੀ ਨਿਆਈ ਸਭ ਦੇ ਪਰਦੇ ਢੱਕਣ ਵਾਲੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾ ਕਥਨ ਕਰਦੇ ਨੇ ਵੀ ਜਿਵੇਂ ਤੁਰਕਾਂ ਦਾ ਬਹੁਤਾ ਹੀ ਤੇਜ ਵੱਧ ਗਿਆ ਸੀ ਸੰਸਾਰ ਵਿੱਚ, ਤੁਰਕਾਂ ਦਾ ਤੇਜ ਇੱਦਾਂ ਹੈ ਵੀ ਮਾਨੋ ਜਿਵੇਂ ਗਾੜਾ ਹੀ ਹਨੇਰਾ ਹੁੰਦਾ ਹੈ, ਜਿਵੇਂ ਸੂਰਜ ਚੜਿਆ ਹਨੇਰਾ ਜਿੰਨਾ ਮਰਜ਼ੀ ਗਾੜਾ ਹੋਵੇ ਨਹੀਂ ਰਹਿੰਦਾ,
इवें जिन्ना मर्जी तेज सी मुगलों का, गुरु गोबिंद सिंह साहब सूरज की न्याई प्रगट हो गए, सारा उन्होंने तेज प्रताप दूर करता, राज भाग खत्म करते। श्री गुरु गोबिंद सिंह साहब महाराज दसवें पातशाह करता दास नरेंद्र, जो महाराज साहब जी सारे अपने सेवकां नूं नरेंद्र राजे बनाउण वाले हन। करता दास नरेंद्र अपने दासां नूं राज भाग बख्शण वाले ने। उन्हां सतगुरां दे चरणां दे चरण कमलां दे नमस्कार है। महाराज ने कहा सी ना, जिन की जात बरन कुल माही, सरदारी ना भई कदाही, तिन्ही को सरदार बनाओ। हर सिख दे नाम अगे लिखिया जांदा ना सरदार, पहला सिर्फ जिहड़े रजवाड़े लोग सन उन्हां नूं सरदार कह सकदे सन। महाराज ने कले कले सिख नूं सरदार बनाता, भी जिन्हां दी कुल जात वर्ण विच कदी सरदारी नहीं सी आई, उन्हां सारिआं नूं मैं सरदार बनांदांगा। ये गुरु गोबिंद सिंह साहब जी ने ऐसी बख्शिश की है। कवि जी कहिंदे उन्हां दे चरणां दे मेरी नमस्कार है। दसां सतगुरां दा परमेश्वर अकाल पुरख दा मंगल करके हुण अगे कथा आरंभ करन तो पहलां बेनती करदे ने भाई संतोख सिंह जी भी, जिवें अमृत छकण तो पहलां दी हालत सी सिंह सज्जण तो पहलां, ते फिर अमृत छक के जिवें गुरां दी कृपा होई उह दसदे ने। कहिंदे सभै गुणे उर भरपूर भयो औगनन, भी जदों मैं गुरु दा सिंह नहीं सी सजिया, मेरे अंदर सारे औगण ही औगण सन, औगणा नाल भरिया होया सी, ते शुभ गुणों वालों बिल्कुल खाली सी। काम क्रोध पूर हो की वृद्धता फर्द की, ते फिर काम क्रोध लोभ मोह हंकार कूर झूठ बोलना, कहिंदे भी यही वधदे जा रहे सन दिन दिन। फर्द की, फर्द होंदी ना फर्द भाव के लेखा, जिवें कोई वही ते लिखना, भी ये झूठ बोलना दे विकार आदिक इन्हां दा ही लेखा वही दे उत्ते वधदा ही जा रहा सी दिन प्रत दिन। माड़े विचार ही मन विच आ रहे सन, मन चूर चूर होया रहिंदा, सदा भटकदा रहिंदा, दे झूर दे दुखी रहिंदे सन हर समें। अदे परमेश्वर दे सुख दूर ही दूर जापदे सी, भी दूर ही है, भी मेरे नेड़े कोई सुख जां वाहिगुरु आ ही नहीं सकदा। ते दारू ना दर्द की, जेड़े अंदर दर्द, जेड़े अंदर दे दुख सन राग द्वैख, इन्हां नूं ठीक करन दा कोई दारू लभ ही नहीं सी रिहा, जिन्ना चिर कवि जी कहिंदे मैं गुरु शरण नहीं सी आया। ते कहिंदे जदों पूर्ण सतगुरु मिल गए पंज प्यारिआं दे राही, मैं अमृत छक लिया, तां अमृत छक के बड़ी छेती नाल। सारे मेरे दुख कटे गए अमृत छकण तो पहला। भाई संतोख सिंह जी कहिंदे भी इस तरह दुखी सां, भी जिवें आ खेड इक हुंदी आ ना चौपड़ दी, इहदे विच कल्ली नर्द दुखी हुंदी, जदों मर्जी मारी जा सकदी आ, जदों उहदे नाल कोई होवे उहनूं मार नहीं सकदा, ते उह कल्ली नर्द नूं जिहड़ा मर्जी खड़ारी मार लवे, जदों मर्जी मार लवे। ते भाई संतोख सिंह जी कहिंदे गुरु महाराज की शरण आउण तों पहलां, अमृत छकण तों पहलां हालत तां इकल्ली नर्द वर्गी हो रही सी, जदों मर्जी कोई आण के मार सकदा सी, दुखी कर सकदा सी। पर जदों महाराज की कृपा दे नाल अमृत छकिया, गुरु साहिब की प्राप्ति होई, नाम रो शरण सूर पावन पतत रूर, भी जो पवित्रता नूं पावन पवित्र करन वाले हन, अदे शरण आया दी रखिया करनी जो शेर दी न्याई हन। हुण भरोसा हो गया भी महाराज जरूर बर जरूर शरण आए हैं, पतत पावन सतगुरु जी अपने बिरध दी लज्जिया रखणगे, ते मेरे वर्गे औगण वाले दे औगण यारे दे औगण कट के दुख कट के पाप दूर करके अपने चरणा ना ला के निहाल कर लैणगे।
इवें भाई संतोख सिंह जी ने अपने अमृत छकण तो पहला दी हालत अमृत छक के महाराज की चरण शरण जिवें प्राप्त हुई वो सतगुर अगे बेनती की है। हाँ कवि जी कहिंदे हुण मैं दसवीं रास विच गुरु साहिब दी कथा दा वर्णन करन लगा हाँ। सारे दसई सतगुरां नूं मना के गुरां दी महिमा करन तों बाद महाराज साहिब दे गुण तां कहे ने भी कथा लिखण च कहण च जिन्ने भी विघन पैंदे रुकावटां आउंदियां महाराज वो सारे दूर कर देंगे क्योंकि सदा मेरे सहाई होंगे महाराज ते होंदे ही रहे ने अगे नू भी होने मेरी बेनती है। कथा आरंभ करते हैं भी जो राम राय का त्याग कर दिता गुरु हर राय साहब ने उस तो बाद कई दिन कीरतपुर निवास रखे सेवकों के उधार करने लिए कई तरह के गुरु हर राय साहब जी कौतक करतब करते नेती जेड़ी माता नेती अनंती जी निहाल कौर भी नाम है भी माता निहाल कौर सतवें पातशाह दे माता जी वो दोवे अपने जो भरा पुत्र ने भरा राम वाहगुरु बाबा धीर मल श्री गुरु हर राय साहेब इन्हां दोवां भरावां बारे इस तरह विचार करदे ने भी वखरे होए ने इन्हां नूं मैं कट्ठे करदे आं। माता निहाल कौर ने अपने पुत्र धीर मल ते गुरु हर राय साहिब नूं वखो वखरिया होया जाणिया भी ये अड्डो आडी रहिंदे ने आपस विच मेल मिलाप नहीं है। माता दी इच्छा है भी दोवे पुत मेरे एक दूसरे नाल मिल मिला के रहन इस तरह हित दे प्रेम दे वचन बड़े मिठास दे नाल माता जी अपने पुत्र सतगुरु हर राय साहिब जी नूं कहन लगे जिस करके सुख मिले माता नूं भी दोवे भरा कठे होण मां खुश होवे सुखी होवे इस तरह का जतन करके मिलाना चाहते हैं माता निहाल कौर। गुरु हर राय साहिब जी दे नाल जदों मेल मिलाप होंदा है ते माता जी अनंती जी बहुता ही कहिंदे ने भी हे सतगुरु जी हे पुत्र श्री हर राय जी मेरी इच्छा है भी तुसी अपने भरा नाले कोरा मिलो जाके जो गुरता गद्दी दी सब तो वड्डी पदवी है वो तुसी अपने दादा सतगुरु हरगोबिंद साहिब कोलों प्राप्त कर चुके हो ते मेरी इच्छा है भी तुसी अपने वड्डे भरा धीर मल नाल भी मेल मिलाप रखिया करो। चलो हे पुत्र सतगुरु जी मेरी मां दी इच्छा पूरी करन दे लई अपने वड्डे सतगुरु गुरु अर्जन देव महाराज साहिब दा वसाया होया जो नगर है ना करतारपुर उत्थे चलिए आपां। इत आदक कहिंदे माता निहाल कौर जी ने गुरु हर राय साहिब जी नूं बहुत तरह करके कहा भी तुसी मेरी गल मन के ते एक बार करतारपुर जरूर जाना करो। करतार चलन की माता दे मन दे विच करतारपुर साहिब जाण दी बड़ी कांखा चाहना है कहिंदी भी मेरी इच्छा है भी आपां करतारपुर जाके रहिए कुछ समां। फिर माता जी नाल ये भी दसदे ने भी वेखो हे महाराज तुहाडे भरा ने पहला भी एक बार अपना जेड़ा कोल रहन वाला मसंद भेजिया सी ना तुहाडे चरण कमलां विच अनेक ही बेनती दे प्रेम दे वचन बिलास धीर मल ने कह के अपने वालों अपना एक दूत एक मसंद पहला भी तुहानू मिलन वास्ते भेजिया सी।
महाराज भी जो गुरता गद्दी दी वड़ियाई है अपने घर विच प्राप्त हो गई है। श्री गुरु हर साहिब जी तुसी अदे मैं एक मां दे जाए सके भरा हाँ आपां जे कोई होर शरीक गुरता गद्दी दी वड़ियाई लै जांदा तुहाडे तों बगैर फिर तो जरूर धीर मल ने एक मसंद दे राही माता जी कहिंदे तुहानू कह के भेजिया सी ना भी जे तो तुहाडे तो बिना किसी होर नू गुरियाई मिलदी तां फिर नहीं सी मैनू चंगा लगना फिर तो मैं दुख होना सी पर हुण तां तुहानू गुरता गद्दी हे गुरु हर साहिब जी प्राप्त होई है ते धीर मल ने मसंद दे कोलो माता जी कहिंदे ने भी कह के हे गुरु हर साहिब तुहानू बेनती कीती सी भी तुसी कृपा करके ते एक करतारपुर दे विच आके वसना करो अपना इको ही घर है दे विच कोई फर्क नहीं है तुसी इत्थे रहो कोई फर्क नहीं आ भी तुहाडा ही घर है महाराज तुसी इत्थे करतारपुर आ जाओ। इस तरह सार संगत जदों माता ने अपने वालों भी कई बचन कहे प्रेम प्यार दे भी धीर मल दे कोल चलिए करतारपुर अते नाल ही माता जी ने भी कहा भी गुरु हर साहिब नूं भी तुहाडे को पहला भी वेखो धीर मल स्नेह भेजदा ही रहा है ना भी तुसी आके मेल मिलाप करो। जदों शांत सरूप सतवें पातशाह ने अपने जननी अपनी माई का वचन सुनिया सतगुरु पातशाह ने अपने माता के कहे हुए वचन नहीं मोड़े गहर गंभीर सतगुरु हर साहब अपनी माता ने हाल कौर दे कहे वचन उस वेले सत करके मन ले सिर झुका दिता पातशाह ने ते श्री कीरतपुर साहब तो करतारपुर जाण वास्ते सब तैयारी कराई छेती दे नाल जिनी भी महाराज साहब जी की फौज सी 2200 घोड़सवार शस्त्रधारी जो तैयार बुर तैयार सिख रहिंदे सारिआं विच खबर चलेगी क्योंकि नगारा वज गया भी आपां करतारपुर जाना है भी सब अपना डेरा साजो समान संभाल के तैयारी कर लवो तुरन समय नगारा बजाया भी कोई कदे दूर नेड़े भी सिख होवे रह ना जावे नगर च भी पता लग जावे वे नगारे दे चोब लगी है तुरदे समय सब सिख संगत साजो समान दे फौज दी तैयारी करवाई गुरु हर साहिब जी ने घोड़े दे उपर घोड़ियां दे श्रेष्ठ जीन महाराज साहिब दी सवारी वास्ते होर सिख सूरमियां दे घोड़े जिहड़े हन सब ने चंगियां चंगियां काठियां कस लईयां सूरमियां ने सोहने चोले कमर कसे दे शस्त्र धारण कीते हन गुरु हर साहिब महाराज दा पालकी साहिब च सवार होके बैठ गए पालकी बड़ी सोहनी है चमकारे मारदी है बड़ा सोहना प्रकाश दिखदा है पालकी दे दर्शन कीते कहिंदे चमके भी क्यों ना प्रकाश भी क्यों ना होवे सोहना लगा है फिर गोल मोती चार सफेरे महाराज दी पालकी दे जड़े हुए हन झालरां दीआं लड़ियां लटक रहीआं ने जिन्हां दी जोत प्रगट ही सब नूं देख रही प्रकाश रही है माता निहाल कौर अपनियां सारियां नूहां दे समेत गुरु हर साहिब जी दे ਮਹਿਲਾਂ ਦੇ ਸਵੇਦ ਸਵਾਰ ਹੋ ਗਏ ਡੋਰਿਆਂ ਦੇ ਵਿੱਚ ਸਯੰਦਨ ਰਸਾਂ ਦੇ ਵਿੱਚ ਜਿਵੇਂ ਜਿਵੇਂ ਕਿਸੇ ਨੂੰ ਚੰਗਾ ਲੱਗਾ ਮਾਤਾ ਨੇਤੀ ਜੀ ਤਿਆਰ ਹੋਏ ਹਨ ਬਹੁਤ ਖੁਸ਼ੀ ਧਾਰਨ ਕਰਕੇ ਮਾਤਾ ਨਿਹਾਲ ਕੌਰ ਵੀ ਮੇਰੇ ਪੁੱਤਰ ਗੁਰੂ ਹਰ ਸਾਹਿਬ
ते पुत्र धीर मल दोवां भरावां दा मिलाप होवेगा करतारपुर विच। इस तरह चलदे आं कीरतपुर साहिब तों सतलुज दरिया दे जदों कंढे ते आए ओदे कंढे दे नेड़े खलो के गुरु हर साहिब जी ने वेख्या, हुक्म कीता भी मलाहा नूं लै के आओ। मलाह आए बेड़ियां लै के बड़ी छेती नाल सतगुरां दे हजूर पहुंच गए। सरदा सरबत्र आए उतारला, बेड़ियां दे विच असवार हो के सारी फौज सारिआं दे समेत गुरु हर राय साहिब जी सतलुज पार कर गए। सैना साहिब समाज बिसाले, फौज दे समेत होर जो महाराज दे महल सिख सेवक दास जिन्ना भी साजो समान उस दे समेत। अरे पार तट मार्ग चाले, जदों सतलुज तों पार होए ने कीरतपुर साहिब वाले पासे तों इधरले बन्ने नूं तां रस्ते दे करतारपुर दे चल पए। क्रम क्रम पंथ उलंघत पए, क्रम क्रम करके मंजिलां नूं तय करदिआं होइआं सारा मार्ग लंघ गए। श्री करतारपुर नेड़े, ते श्री करतारपुर जिहड़ा जलंधर दे नेड़े है पंजवें पातशाह दा वसाया होया इस नगर दे नेड़े आ गए महाराज। धीर मल नूं जदों पहलां पता लग गया भी मेरी माता ते मेरे भरा गुरु हर साहिब जी आ रहे ने अगों लैण वास्ते नगर तों बार बार आया है। अपने भरा श्री हर साहिब दा समाज वेखिया, गुरु के कोल सूरमे होर जो भी सुख सहूलतां दीआं वस्तुआं हुंदीआं ਇਹ ਵੇਖੀਆਂ ਦੇ ਮਨ ਵਿੱਚ ਵਿਚਾਰਿਆ ਵੀ ਇਹਨਾਂ ਦਾ ਬੜਾ ਸਾਜੋ ਸਮਾਨ ਵਧਾਇਆ ਹੋਇਆ ਹੈ। ਮਿਲੇ ਪਰਸਪਰ ਅਰਕੇ ਉਪਾਵਨ, ਆਪਸ ਵਿੱਚ ਦੋਵੇਂ ਭਾਈ ਗੁਰੂ ਸਾਹਿਬ ਤੇ ਧੀਰ ਮਲ ਬੜੇ ਖੁਸ਼ ਹੋ ਕੇ ਮੇਲ ਮਿਲਾਪ ਕੀਤਾ ਏ। ਅਤੇ ਕੁਸ਼ਲ ਪ੍ਰਸੰਨਤਾ ਇੱਕ ਦੂਸਰੇ ਦੇ ਕੋਲੋਂ ਪੁੱਛੀ ਹੈ, ਰਾਜੀ ਖੁਸ਼ ਪੁੱਛਣ ਤੇ ਇੱਕ ਦੂਜੇ ਨੂੰ ਦੱਸਦੇ ਹਨ ਵੀ ਸਭ ਤਰ੍ਹਾਂ ਕਰਕੇ ਠੀਕ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ। ਇਸ ਤਰ੍ਹਾਂ ਫਿਰ ਮਹਾਰਾਜ ਨੂੰ ਲੈ ਕੇ ਧੀਰ ਮਲ ਕਰਤਾਰਪੁਰ ਨਗਰ ਵਿੱਚ ਆ ਗਿਆ। ਸਤਿਗੁਰੂ ਹਰ ਸਾਹਿਬ ਨੇ ਡੇਰਾ ਕੀਤਾ, ਆਪਣੇ ਰਹਿਣ ਦਾ ਟਿਕਾਣਾ ਕੀਤਾ ਏ। ਜਿੱਥੇ ਕੀਰਤ ਕਰਤਾਰਪੁਰ ਦੇ ਵਿੱਚ ਸੋਹਣੇ ਬਾਗ ਬਗੀਚੇ ਲੱਗੇ ਹੋਏ ਨੇ, ਸੋਹਣੀ ਸੰਘਣੀ ਛਾਇਆ ਹੈ ਦਰਖਤਾਂ ਦੀ, ਇਹੋ ਜਿਹਾ ਰਮਣੀਕ ਸਥਾਨ ਵੇਖ ਕੇ ਗੁਰੂ ਹਰ ਸਾਹਿਬ ਜੀ ਉੱਥੇ ਆਪਣਾ ਟਿਕਣ ਦੇ ਵਾਸਤੇ ਹੁਕਮ ਕੀਤਾ ਵੀ ਇੱਥੇ ਸਾਡੇ ਲਈ ਅਕਨਾਤਾਂ ਤਾਣ ਕੇ ਅਤੇ ਸ਼ਮਿਆਨੇ ਲਾਓ, ਇੱਥੇ ਅਸੀਂ ਆਸਣ ਲਾਵਾਂਗੇ। ਬਾਕੀ ਵੀ ਸਾਰੀ ਫੌਜ ਸੋਹਣਾ ਥਾਂ ਵੇਖ ਕੇ ਜਿੱਥੇ ਘੋੜੇ ਲੱਗ ਸਕਣ, ਘੋੜਿਆਂ ਦੇ ਠਹਿਰਨ ਦੇ ਲਈ ਚੰਗੀ ਜਗ੍ਹਾ ਵੇਖ ਕੇ ਸੂਰਮੇ ਵੀ ਉੱਤਰ ਆਏ। ਗੁਰੂ ਹਰ ਸਾਹਿਬ ਜੀ ਨੂੰ ਆਇਆ ਵੇਖ ਕਰਕੇ ਕਰਤਾਰਪੁਰ ਨਗਰ ਦੇ ਲੋਕ ਸਿੱਖ ਸੰਗਤ ਵੀ ਸਭ ਬਹੁਤ ਖੁਸ਼ ਹੋ ਗਈ ਵੀ ਬੜੇ ਸਮੇਂ ਬਾਅਦ ਸਤਿਗੁਰਾਂ ਦੇ ਦਰਸ਼ਨ ਹੋਏ ਨੇ। ਸਭ ਮਿਲ ਲੈ ਲੈ ਕਰ ਉਪਾਰੇ, ਸਾਰੇ ਹੀ ਪਿਟਾਵਾਂ ਲੈ ਲੈ ਕਰਕੇ ਮਹਾਰਾਜ ਜੀ ਨੂੰ ਅੱਗੋਂ ਆ ਕਰਕੇ ਸਤਿਗੁਰਾਂ ਦੇ ਕੋਲ ਮਿਲੇ ਹਨ, ਦਰਸ਼ਨ ਕੀਤੇ ਨੇ। ਇੱਥੇ ਸਤਿਗੁਰੂ ਸਾਹਿਬ ਜੀ ਨੇ ਆਪਣਾ ਆਸਣ ਲਾਇਆ, ਗੁਰਾਂ ਦੇ ਅੱਗੇ ਪਿਟਾਵਾਂ ਰੱਖਦੇ ਮੱਥਾ ਟੇਕਦੇ ਹਨ। ਨਮਸਕਾਰਾਂ ਕਰ ਕਰਕੇ ਸਿੱਖ ਗੁਰੂ ਹਰ ਸਾਹਿਬ ਜੀ ਦੇ ਪਾਸ ਹੀ ਬੈਠ ਗਏ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਤੇ ਆਨੰਦ ਦਾ ਹੀ ਚਾਨਣ ਹੋ ਆਇਆ, ਅੰਦਰ ਖੇੜਾ ਹੀ ਆ ਗਿਆ, ਸੰਗਤ ਦੇ ਨਗਰ ਨਿਵਾਸੀ ਸਭ ਖੁਸ਼ ਹੋ ਗਏ ਕਰਤਾਰਪੁਰ ਦੇ। ਧੰਨ ਗੁਰੂ ਹਰ ਸਾਹਿਬ ਜੀ ਨੇ, ਨਗਰ ਨਿਵਾਸੀ ਸੰਗਤ ਜਦੋਂ ਆਈ ਹੈ ਕੋਲ ਤਾਂ ਉਹਨਾਂ ਸਾਰਿਆਂ ਦੇ ਪਾਸੋਂ ਇੱਦਾਂ ਪੁੱਛਦੇ ਨੇ, ਕੁਸ਼ਲ ਆਨੰਦ ਪੁੱਛੀ ਹੈ, ਕਹਿੰਦੇ ਭਾਈ ਸੁੱਖ ਸਾਂਦ ਹੈ, ਹਰ ਤਰ੍ਹਾਂ ਕਰਕੇ ਤੰਦਰੁਸਤੀ ਖੈਰ ਸੁੱਖ ਤਾਂ ਹੈ, ਇਸ ਤਰ੍ਹਾਂ ਮਹਾਰਾਜ ਨੇ ਪੁੱਛਿਆ ਸਭ ਦੇ ਤਾਈ। ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਵਸਾਈ ਪੁਰੀ ਵਿੱਚ ਜਿੰਨੇ ਵੀ ਤੁਸੀਂ ਰਹਿੰਦੇ ਹੋ ਵੀ ਖੁਸ਼ ਤਾਂ ਹੋ ਨਾ, ਇੱਥੇ ਇੱਥੇ ਕੋਈ ਕੋਈ ਕਮੀ ਤਾਂ ਨਹੀਂ ਹੈ, ਕੋਈ ਦੁੱਖ ਤਾਂ ਨਹੀਂ ਹੈ, ਸੁੱਖ ਤਾਂ ਮੰਨਦੇ ਹੋ,
ਇਹਦਾ ਮਹਾਰਾਜ ਸਾਹਿਬ ਨੇ ਸਾਰੇ ਹੀ ਨਗਰ ਦੇ ਲੋਕਾਂ ਦੇ ਕੋਲੋਂ ਸੁੱਖ ਖੈਰ ਪੁੱਛੀ ਹੈ। ਤੇ ਮਹਾਰਾਜ ਕਹਿੰਦੇ ਜੋ ਸੱਚਾਈ ਹੈ ਵੀ ਦਿਲ ਵਿੱਚ ਉਹ ਗੱਲ ਕਹਿ ਦਿਓ, ਕੋਈ ਮੁਸ਼ਕਲ ਹੋਵੇ, ਸੁੱਖ ਹੈ, ਦੁੱਖ ਹੈ, ਕੋਈ ਤੰਗੀ ਹੈ ਜਾਂ ਠੀਕ ਹੈ, ਹਰ ਇੱਕ ਗੱਲ ਖੁੱਲ੍ਹ ਕੇ ਦੱਸੋ ਸਾਨੂੰ। ਫਿਰ ਗੁਰੂ ਪਤਾਮੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਜਿਵੇਂ ਜੰਗ ਕੀਤਾ ਹੈ ਕਰਤਾਰਪੁਰ, ਉਹ ਤੁਹਾਡਾ ਸਾਰਿਆਂ ਦਾ ਸੁੱਖ ਭਲਾ ਵੇਖ ਕਰਕੇ ਹੀ ਵੀ ਇਹ ਸੁਖੀ ਰਹਿਣ, ਇਸੇ ਕਰਕੇ ਮਹਾਰਾਜ ਇੱਥੋਂ ਚੜ੍ਹ ਕੇ ਕੀਰਤਪੁਰ ਚਲੇ ਗਏ ਸਨ ਕਰਤਾਰਪੁਰ ਤੋਂ। ਨਗਰ ਦੇ ਲੋਕਾਂ ਨੂੰ ਗੁਰੂ ਹਰਿ ਸਾਹਿਬ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਇਸ ਕਰਕੇ ਇੱਥੋਂ ਚਲੇ ਗਏ ਸਨ ਜੰਗ ਹੋਣ ਤੋਂ ਬਾਅਦ, ਵੀ ਜੇ ਅਸੀਂ ਰਹਾਂਗੇ ਤੁਰਕ ਆਉਂਦੇ ਰਹਿਣਗੇ ਤੇ ਨਗਰ ਦੇ ਲੋਕ ਦੁਖੀ ਹੋਣਗੇ, ਇਸ ਕਰਕੇ ਸਾਡੇ ਰਹਿਣ ਕਰਕੇ ਤੁਰਕ ਨਾ ਇੱਥੇ ਆਉਣ, ਫੌਜ ਨਾ ਆਵੇ, ਤਾਂ ਕਰਕੇ ਕੀਰਤਪੁਰ ਤੁਹਾਡਾ ਹਿੱਤ ਸੁੱਖ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਚਲੇ ਗਏ ਸਨ। ਮਹਾਰਾਜ ਸਾਹਿਬ ਨੇ ਜਾਣਿਆ ਵੀ ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਨੇ ਇਹ ਉਦਾਰਾ, ਬੜਾ ਹੀ ਉਦਾਰ ਸੋਹਣਾ ਨਗਰ ਵਸਾਇਆ ਹੈ। ਇਹ ਗੁਰੂ ਹਰਿ ਸਾਹਿਬ ਜੀ ਸੰਗਤ ਨੂੰ ਕਹਿ ਰਹੇ ਨੇ ਵੀ ਤੁਹਾਨੂੰ ਸੁਖੀ ਰੱਖਣ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਇਹ ਵਿਚਾਰ ਕੇ ਇੱਥੋਂ ਚਲੇ ਗਏ ਵੀ ਸਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵਸਾਇਆ ਸੋਹਣਾ ਨਗਰ ਹੈ, ਇੱਥੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਦੁੱਖ ਨਾ ਹੋਵੇ, ਤੁਹਾਨੂੰ ਸੁੱਖ ਦੇਣ ਦਾ ਹਿੱਤ ਕਰਕੇ ਮਹਾਰਾਜ ਕਰਤਾਰਪੁਰ ਛੱਡ ਕੀਰਤਪੁਰ ਚਲੇ ਗਏ ਸਨ। ਗੁਰੂ ਹਰਿ ਸਾਹਿਬ ਜੀ ਨੇ ਜਦੋਂ ਸੁੱਖ ਸਾਂਦ ਪੁੱਛੀ ਤਾਂ ਸੁਣ ਕੇ ਸਾਰੇ ਨਗਰ ਦੇ ਲੋਕਾਂ ਨੇ, ਗੁਰਸਿੱਖਾਂ ਨੇ ਦੋਏ ਹੱਥ ਜੋੜ ਕੇ ਮਹਾਰਾਜ ਨੂੰ ਕਿਹਾ, ਕਹਿਣ ਲੱਗੇ ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਸੁੱਖ ਹੀ ਸੁੱਖ ਹੈ, ਬੜੇ ਖੁਸ਼ੀ ਖੇੜੇ ਆਨੰਦ ਨਾਲ ਅਸੀਂ ਵਸ ਰਹੇ ਹਾਂ, ਕੋਈ ਸਾਨੂੰ ਦੁੱਖ ਗਿਲਾ ਸ਼ਿਕਵਾ ਨਹੀਂ ਹੈ। ਸਤਿਗੁਰ ਮਾਲਕ ਜਿਨ ਕੇਰੇ, ਕਿਉਂਕਿ ਜਿਨ੍ਹਾਂ ਦੇ ਮਾਲਕ ਸਤਿਗੁਰੂ ਸਾਹਿਬ ਜੀ ਤੁਸੀਂ ਆਪ ਹੋਵੋ, ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਮਾਲਕ ਹੋਣ, ਕਿਵੇਂ ਉਹਨਾਂ ਦੇ ਨੇੜੇ ਕੋਈ ਸੰਕਟ ਕੋਈ ਬਿਪਤਾ ਆ ਸਕਦੀ ਹੈ। ਸਾਰਿਆਂ ਦੀ ਮਹਾਰਾਜ ਤੁਸੀਂ ਸਾਡੀ ਹੱਥ ਦੇ ਕੇ ਰੱਖਿਆ ਕਰਦੇ ਹੋ, ਸਾਡੇ ਤਾਂ ਦੋਵਾਂ ਲੋਕਾਂ ਦੇ ਦੁੱਖ ਕੱਟ ਦਿੱਤੇ ਨੇ, ਕਰਤਾਰਪੁਰ ਚ ਕਾਹਦਾ ਅਸੀਂ ਵਸੇ ਹੈ, ਸਾਡਾ ਤੇ ਲੋਕ ਪ੍ਰਲੋਕ ਹੀ ਸੁਧਰ ਗਿਆ ਤੁਹਾਡੀ ਕਿਰਪਾ ਨਾਲ। ਤੇ ਨਾਲ ਉਹਨਾਂ ਸਿੱਖਾਂ ਦੱਸਿਆ, ਮਹਾਰਾਜ ਜਦੋਂ ਤੁਰਕਾਂ ਦੀ ਫੌਜ ਚੜ੍ਹ ਕੇ ਆਈ ਸੀ ਨਾ ਇੱਥੇ ਕਰਤਾਰਪੁਰ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੰਗ ਕਰਨ ਦੇ ਲਈ ਲੱਖ ਦੇ ਕਰੀਬ ਤੁਰਕ ਇਕੱਠਾ ਹੋ ਕੇ ਆ ਗਿਆ ਸੀ, ਪਰ ਭਾਵੇਂ ਲੱਖ ਦੇ ਨੇੜੇ ਆਏ ਸੀ ਪਿਸ਼ੌਰ ਦੇ ਸੂਬੇ ਕਾਲੇ ਖਾਂ ਦੀ ਅਗਵਾਈ ਵਿੱਚ ਦੁਸ਼ਟ, ਪਰ ਫਿਰ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਸਾਰੇ ਨਗਰ ਨਿਵਾਸੀਆਂ ਨੂੰ ਬਚਾ ਕੇ ਰੱਖਿਆ, ਲੜਾਈ ਦੀ ਆਂਚ ਸਾਡੇ ਤੀਕਰ ਨਹੀਂ ਆਉਣ ਦਿੱਤੀ। ਬਹੁਤੀ ਭਾਵੇਂ ਦੁਸ਼ਟਾਂ ਦੀ ਫੌਜ, ਪਰ ਨਗਰ ਤੋਂ ਬਾਹਰ ਹੀ ਰੋਕ ਕੇ ਰੱਖਿਆ ਉਹਨਾਂ ਨੂੰ, ਕਰਤਾਰਪੁਰ ਵਿੱਚ ਛੇਵੇਂ ਪਾਤਸ਼ਾਹ ਨੇ ਵੜਨ ਹੀ ਨਹੀਂ ਸੀ ਦਿੱਤਾ, ਅਨੇਕਾਂ ਤਰ੍ਹਾਂ ਕਰਕੇ ਮੁਗਲ ਤੁਰਕ ਬਲ ਕਰਦੇ ਰਹੇ ਵੀ ਅਸੀਂ ਨਗਰ 'ਚ ਜਾ ਕੇ ਤੇ ਨਗਰ ਦੇ 'ਚ ਕਬਜ਼ਾ ਕਰ ਲਈਏ, ਪਰ ਮਹਾਰਾਜ ਸਾਹਿਬ ਨੇ ਉਹਨਾਂ ਦਾ ਬਲ ਚੱਲਣ ਨਹੀਂ ਦਿੱਤਾ, ਜੇ ਕੋਈ ਇੱਕ ਦੋ ਆ ਕੇ ਪ੍ਰਵੇਸ਼ ਕਰ ਵੀ ਗਏ ਆਪਣੇ ਬਲ ਜ਼ੋਰ ਦੇ ਨਾਲ ਉਹਨਾਂ ਨੂੰ ਵੀ ਨਗਰ ਤੋਂ ਬਾਹਰ ਹੀ ਮਹਾਰਾਜ ਨੇ ਕੱਢ ਦਿੱਤਾ, ਤੇ ਜੇ ਕੋਈ ਬਹੁਤਾ ਹੀ ਅੱਗੋਂ ਵੇਰਿਆ ਤੇ ਫਿਰ ਕਿਰਪਾਨ ਨਾਲ ਕਟਾਵਲਦੀ ਕਰ ਦਿੱਤੀ, ਭਾਵ ਟੋਟੇ ਟੋਟੇ ਕਰਕੇ ਧਰਤੀ ਦੇ ਸਿੱਟ ਦਿੱਤਾ, ਜਿੱਤੇ ਵੀ ਮਹਾਰਾਜ ਸਾਹਿਬ ਦੇ ਸੂਰਮਿਆਂ ਹੱਲਾ ਕੀਤਾ ਉਹ ਝੱਟ ਹੀ ਦੁਸ਼ਟ ਮਰਦੇ ਰਹੇ। ਮਹਾਰਾਜ
बड़ा भारी जंग होया सी इत्थे बड़े शास्त्र चलाए सतगुरु दे सूरमिया ने सतगुरु जोधा बल में पाए क्योंकि गुरु हरगोबिंद साहिब जी बड़े बली योधे सन ते ताकत विच बहुत ही समर्थ सी उन्हां अगे कोई आड़ी नहीं सकिया श्री गुरु अर्जन नगर बसाए हाए गुरु अर्जन देव महाराज साहिब जी ने आप अपने हथां नाल करतारपुर नगर सतगुरु जी वसाया है संकट निरलाए ते जिस दिन दा पंजवें पातशाह ने नगर वसा दिता है करतारपुर दे सिख कहिंदे महाराज उदन दा कोई संकट ही नहीं आया साडे नेड़े कोई विपता साडे नेड़े आई नहीं जदों दा पंजवें पातशाह ने सानू वसाया है पए साहिब जिस किस पाए जिवें किवें भी गुरु साहिब सदा साडे सहायक मददगार बने हन जाने अपने लेत बचाए सानू अपने जान करके अपने हथी इस नगर च वसाया जान के सदा ही महाराज सानू बचाउंदे रहे ने बड़े जतन ते नर बुलवाए महाराज ने बड़े जतन कर करके दूर देशा नगरां पिंडां तो इत्थे मनुख बुला बुला के नेतपुर विखे बसाए आप महाराज ने प्रेम दे नाल अपने कोलों थां दे दे के करतारपुर विच लोकां नूं वसाया सी सबके बसण मान सुख पावे उदों तों ही महाराज असीं इत्थे वस रहे हां साडे बजुर्ग भी इत्थे आए बजुर्गां नूं पंजवें पातशाह लै के आए जदों दे ओह वस रहे ने अगे हुण असीं भी सुखां नाल ही रह रहे हां तुहाडे कोल श्री अर्जन के गुण गान गावे ते इत्थे बैठे गुरु अर्जन देव साहिब महाराज दे बेअंती गुण जिहड़े ओही गाउंदे रहिंदे आ वी धन हो पातशाह ਤੁਹਾਡੀ ਪੂਰੀ ਜ ਅਸੀਂ ਸੁੱਖਾਂ ਨਾਲ ਵਸ ਰਹੇ ਹਾਂ ਬਬਗਾ ਦੀ ਕੇ ਮਾਲ ਲੱਗਿਆ ਤੇ ਹੁਣ ਕੀਰਤਪੁਰ ਦੇ ਨਿਵਾਸੀ ਕਹਿਣ ਲੱਗੇ ਪਾਤਸ਼ਾਹ ਉਹਨਾਂ ਹੀ ਪੰਜਵੇਂ ਸਤਿਗੁਰਾਂ ਦੀ ਗੱਦੀ ਦੇ ਮਾਲਕ ਤੁਸੀਂ ਆਪ ਹੋ ਸਾਰੋ ਸ਼ਕਤੋ ਥਾਪਨ ਥਾਪ ਤੇ ਤੁਹਾਡੇ 'ਚ ਵੀ ਸ਼ਕਤੀ ਮਹਾਰਾਜ ਬੇਅੰਤ ਹੈ ਜਿਹਨੂੰ ਚਾਹੋ ਪੁੱਟ ਦਿਓ ਨਾਸ਼ ਕਰ ਦਿਓ ਜਿਹਨੂੰ ਚਾਹੋ ਤੁਸੀਂ ਥਾਪ ਦਿਓ ਸ਼ਕਤੀ ਹੈ ਤੁਹਾਡੇ ਅੰਦਰ ਸਿਮਪੁਰ ਜਾਣ ਕੇ ਬਾਕਨ ਸੁਣੇ ਜਦੋਂ ਗੁਰੂ ਹਰਿ ਸਾਹਿਬ ਨੇ ਨਗਰ ਨਿਵਾਸੀਆਂ ਦੇ ਬਚਨ ਬਲਾਸ ਸੁਣੇ ਤੇ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਵੱਡੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਣ ਸੁਣੇ ਵੀ ਇਹ ਪੰਜਵੇਂ ਪਾਤਸ਼ਾਹ ਦੇ ਗੁਣ ਗਾਉਂਦੇ ਹਨ ਪਾਤਸ਼ਾਹ ਜੀ ਹੋਰ ਗੁਣ ਸੁਣਨਾ ਚਾਹੁੰਦੇ ਵੀ ਜਿਵੇਂ ਇਹਨਾਂ ਹੁਣ ਪੰਜਵੇਂ ਸਤਿਗੁਰਾਂ ਦੀ ਮਹਿਮਾ ਕਹੀ ਹੈ ਇਵੇਂ ਪੰਜਵੇਂ ਸਤਿਗੁਰਾਂ ਦੀ ਹੋਰ ਮਹਿਮਾ ਹੈ ਕਰਤਾਰਪੁਰ ਦੇ ਸਿੱਖ ਸਾਨੂੰ ਦੱਸਣ ਹੋਰ ਮਹਿਮਾ ਦੇ ਬਚਨ ਸਾਨੂੰ ਸੁਣਾਉਣ ਵਰਨਣ ਕੀਨੇ ਪ੍ਰਥਮ ਜਨ ਹੋ ਕੇ ਜਿਨ੍ਹਾਂ ਦੇ ਪਹਿਲਾਂ ਇਹਨਾਂ ਨੇ ਗੁਣ ਵਰਣਨ ਕੀਤੇ ਨੇ ਸਤਵੇਂ ਪਾਤਸ਼ਾਹ ਦੇ ਮਨ 'ਚ ਵਿਚਾਰ ਆਈ ਵੀ ਉਸ ਗੁਰੂ ਅਰਜਨ ਦੇਵ ਜੀ ਦੇ ਗੁਣ ਇਹਨਾਂ ਸਿੱਖਾਂ ਕੋਲੋਂ ਹੋਰ ਸੁਣੀਏ ਸ੍ਰੀ ਅਰਜਨ ਪੂਰਬ ਕਿਵੇਂ ਆਏ ਮਹਾਰਾਜ ਕਹਿੰਦੇ ਹੇ ਕਰਤਾਰਪੁਰ ਨਿਵਾਸੀ ਗੁਰਸਿੱਖੋ ਦੱਸੋ ਵੀ ਗੁਰੂ ਅਰਜਨ ਦੇਵ ਸਭ ਤੋਂ ਪਹਿਲਾਂ ਇਸ ਨਗਰ 'ਚ ਕਿਵੇਂ ਆਏ ਸਨ ਤੇ ਸਭ ਤੋਂ ਪਹਿਲਾਂ ਮਹਾਰਾਜ ਕਿਸ ਥਾਂ ਤੇ ਆ ਕੇ ਬੈਠੇ ਸੀ ਕਰਤਾਰਪੁਰ ਕਰਤਾਰ ਕਿਵੇਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਰਤਾਰਪੁਰ ਨਗਰ ਵਸਾਇਆ ਸੀ ਮਹਿਲ ਚਲਾਇਆ ਤੇ ਆਪਣੇ ਵਸਣ ਦੇ ਵਾਸਤੇ ਆ ਜਿਹੜੇ ਮਹਿਲ ਇਹ ਚੰਗੇ ਪੱਕੇ ਮਕਾਨ ਇਹ ਕਿਵੇਂ ਮਹਾਰਾਜ ਨੇ ਬਣਵਾਉਣਾ ਕੀਤੇ ਗੁਰੂ ਹਰਿ ਸਾਹਿਬ ਕਰਤਾਰਪੁਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਕਹਿੰਦੇ ਗੁਰਸਿੱਖੋ ਜਿਵੇਂ ਤੁਸੀਂ ਵੇਖਿਆ ਹੈ ਨਾ ਪੰਜਵੇਂ ਪਾਤਸ਼ਾਹ ਨੂੰ ਨਗਰ ਵਸਾਉਂਦੇ ਆ ਉਹ ਸਾਰੀ ਸਾਖੀ ਸਾਨੂੰ ਵਰਤਾਂਤ ਕਹਿ ਕੇ ਦੱਸੋ ਕਿਦੋਂ ਸੁਣਿਓ ਵੱਡੇ ਮੰਤੇ ਜੈ ਹਾਂ ਜੇ ਤੁਸੀਂ ਕੁਝ ਆਪ ਵੇਖਿਆ ਹੈ ਜਾਂ ਆਪਣੇ ਬਜ਼ੁਰਗਾਂ ਦੇ ਕੋਲੋਂ ਨਗਰ ਵਸਾਉਣ ਬਾਰੇ ਗੁਰੂ ਅਰਜਨ ਸਾਹਿਬ ਜੀ ਦਾ ਕੋਈ ਪ੍ਰਸੰਗ ਸੁਣਿਆ ਹੈ ਤਾਂ ਉਹ ਸਾਨੂੰ ਸੁਣਾਉਣਾ ਕਰੋ ਕਿਵੇਂ ਮਹਾਰਾਜ ਸਾਹਿਬ ਜੀ ਨੇ ਨਗਰ ਵਸਾਇਆ ਹੈ ਇਹਦਾ ਜਿੰਨਾ ਵੀ ਵਰਤਾਂਤ ਇਹ ਗੁਰੂ ਹਰਿ ਸਾਹਿਬ ਜੀ ਨੇ ਨਗਰ ਨਿਵਾਸੀਆਂ ਦੇ ਕੋਲੋਂ ਗੱਲਬਾਤ ਪੁੱਛਣਾ ਕੀਤੀ ਹੈ ਮਹਾਰਾਜ ਕੋਲੋਂ ਸੁਣ ਕੇ ਨਗਰ ਨਿਵਾਸੀਆਂ ਨੇ ਵਿਚਾਰ ਕੀਤੀ ਸਤਿਗੁਰਾਂ ਦਾ ਹੁਕਮ ਮੰਨ ਕੇ ਕਰਤਾਰਪੁਰ ਨਗਰ ਪੰਜਵੇਂ ਪਾਤਸ਼ਾਹ ਨੇ ਕਿਵੇਂ ਵਸਾਇਆ
ये दसण दे लई अपने मूँह तो मुखों उचार के कहन लगे ने ते जिवें नगर करतारपुर वसिया महाराज इत्थे आए सारी साखी गुरु हर राय साहब जी नगर निवासियों को सुनते ने ते गुरां दा हुक्म पा के नगर दे बजुर्ग सिख दसदे ने। यह कथा आप अगले समय सरवण करांगे। इत प्रसंग की समाप्ति है। हुई अनेक भुलां गलतियां की माफ़ी बख्शनी गुरु महाराज गुरु की संगत बख्शनहार है बख्श लेना। गुर बसाए हुए को बिरतात श्री हर राय सो बूझी बात सुन के पुर जन सकल विचार एक सुनावन बदन उचार। वाहे गुरु जी का खालसा वाहे गुरु जी की फतेह। गोबिंद हे गोपाल हे दयाल लाल प्राण नाथ अनाथ सखे दीन दर्द निवार। हे समराथ अगम पूरन मोहे मयान अंध कूप महापयान नारक पार उतार। आए प्रभु शरणागति कृपा नित दयाल एक अखर हर मन बस्त नानक होत निहाल। कथा निता प्रत होत है सुनहे सिंह सुजान नानक गुरु गोबिंद सिंह जी सदा करे कल्याण। वाहिगुरु नाम जहाज है चढ़े सो तरे पार जो शरदा कर सेवन दे वाहिगुरु पार उतार। वाहिगुरु नाम जहाज है चढ़े सो तरे पार जो शरदा कर सेवन दे वाहिगुरु पार उतार। वाहे गुरु जी का खालसा वाहे गुरु जी की फतेह।